ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਮੇਰਾ ਨਾਮ ਰਸ਼ਦੀਪ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਅਫੇਅਰ ਦੇ ਨਾਲ। ਲੈਕਚਰ ਦੀ PDF ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਲੈ ਸਕਦੇ ਹੋ, ਉਹਦਾ ਲਿੰਕ ਇਹ ਦਿੱਤਾ ਹੋਇਆ ਤੇ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਐਡ ਕਰ ਦੂੰਗਾ। ਉਸ ਤੋਂ ਇਲਾਵਾ ਇੱਕ ਜ਼ਰੂਰੀ ਜਾਣਕਾਰੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ। ਸਾਡੇ ਇੰਸਟੀਚਿਊਟ ਵੱਲੋਂ ਫ੍ਰੀ ਆਫ ਕਾਸਟ ਟੈਸਟ ਸੀਰੀਜ਼ ਚਲਾਈ ਜਾ ਰਹੀ ਹੈ PSPCL LDC ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕਲਰਕ ਤੇ ਸਟੈਨੋਟਾਈਪਿਸ ਦਾ ਐਗਜ਼ਾਮ ਹੈ ਉਹਦੇ ਲਈ। ਦੋ ਟੈਸਟ ਆਲਰੇਡੀ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਪਲੋਡ ਕਰ ਚੁੱਕਿਆ। ਸੋ ਜਿਹੜੇ ਵੀ ਤੁਹਾਡੇ ਚੋਂ ਪਟਿਆਲੇ ਦੇ ਨੇੜੇ ਤੇੜੇ ਰਹਿਣ ਵਾਲੇ ਨੇ, ਟੈਸਟ ਸੀਰੀਜ਼ ਦੇਣਾ ਚਾਹੁੰਦੇ ਨੇ, ਉਹ ਆ ਕੇ ਹਰੇਕ ਸ਼ਨੀਵਾਰ ਸਾਡੇ ਇੰਸਟੀਚਿਊਟ ਵਿੱਚ ਆ ਕੇ ਟੈਸਟ ਸੀਰੀਜ਼ ਦੇ ਸਕਦੇ ਨੇ। ਫ੍ਰੀ ਆਫ ਕਾਸਟ ਟੈਸਟ ਸੀਰੀਜ਼ ਹੈ, ਕੋਈ ਵੀ ਪੈਸਾ ਤੁਹਾਡੇ ਤੋਂ ਨਹੀਂ ਲਿੱਤਾ ਜਾਊਗਾ। ਤੇ ਜਿਹੜੇ ਵੀ ਘਰੇ ਬਹਿ ਕੇ ਤਿਆਰੀ ਕਰਨਾ ਚਾਹੁੰਦੇ ਨੇ, ਉਹ ਮੈਂ ਆਪਣਾ ਜਿਹੜਾ ਟੈਸਟ ਹੁੰਦਾ ਉਹ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਪਲੋਡ ਕਰ ਦੇਣਾ। ਉਸ ਤੋਂ ਇਲਾਵਾ ਜੇ ਤੁਸੀਂ ਨੇ ਡੈਮੋ ਕਲਾਸਿਸ ਵੀ ਦੇਖਣੀਆਂ ਨੇ ਤਾਂ ਹਫ਼ਤਾ 10 ਦਿਨ ਦੀਆਂ ਤੁਹਾਨੂੰ ਫ੍ਰੀ ਆਫ ਕਾਸਟ ਡੈਮੋ ਕਲਾਸਿਸ ਵੀ ਅਵੇਲੇਬਲ ਕਰਵਾਈਆਂ ਜਾਣਗੀਆਂ ਸਾਡੇ ਇੰਸਟੀਚਿਊਟ ਦੇ ਵਿੱਚ। ਤੇ ਉਸ ਤੋਂ ਇਲਾਵਾ ਇਨਵਾਇਰਮੈਂਟ ਦੀ ਟੈਸਟ ਸੀਰੀਜ਼ ਵੀ ਸਾਡੇ ਵੱਲੋਂ ਜਲਦ ਹੀ ਕਨੈਕਟ ਕਰਵਾਈ ਜਾਊਗੀ। ਉਹਦਾ ਕੀ ਸ਼ਡਿਊਲ ਹੈ, ਕੀ ਸਿਲੇਬਸ ਹੈ, ਕੀ ਸਟੱਡੀ ਮਟੀਰੀਅਲ ਹੈ, ਉਹ ਸਾਰਾ ਕੁਝ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਪਲੋਡ ਕਰ ਚੁੱਕਿਆ। ਸੋ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਤੇ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਨਿਊਜ਼ ਦੇ ਨਾਲ। ਪਹਿਲੀ ਨਿਊਜ਼ ਆ ਗਈ ਜੀ ਆਪਦੀ ਅੱਜ ਦੀ, ਇਸ ਵਾਰ ਦਾ ਨੋਬਲ ਲਿਟਰੇਚਰ ਪ੍ਰਾਈਜ਼ ਮਿਲਿਆ, ਉਹਦੇ ਬਾਰੇ ਆਪਾਂ ਕੁਝ ਕੁ ਗੱਲਾਂ ਕਰਦੇ ਹਾਂ। ਤਾਂ ਇਸ ਵਾਰ ਦੋ ਲੋਕਾਂ ਨੂੰ ਨੋਬਲ ਪ੍ਰਾਈਜ਼ ਇਨ ਲਿਟਰੇਚਰ ਦਿੱਤਾ ਗਿਆ। ਜਦੋਂ ਪਹਿਲੇ ਲੈਕਚਰ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਨੋਬਲ ਪ੍ਰਾਈਜ਼ ਬਾਰੇ, ਤਾਂ ਉਦੋਂ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਵੀ ਪਿਛਲੇ ਸਾਲ ਨੋਬਲ ਪ੍ਰਾਈਜ਼ ਇਨ ਲਿਟਰੇਚਰ ਦਿੱਤਾ ਨਹੀਂ ਗਿਆ ਸੀਗਾ, ਤੇ ਇਸ ਸਾਲ ਦੋ ਦਿੱਤੇ ਜਾਣਗੇ। ਸੋ ਉਹ ਦੋ ਪਰਸਨ ਕਿਹੜੇ ਨੇ ਜਿਨ੍ਹਾਂ ਨੂੰ ਇਸ ਵਾਰ ਨੋਬਲ ਲਿਟਰੇਚਰ ਪ੍ਰਾਈਜ਼ ਦੇ ਨਾਲ ਸਨਮਾਨਿਤ ਕੀਤਾ ਗਿਆ? ਸਭ ਤੋਂ ਪਹਿਲਾਂ ਤਾਂ ਆ ਗਏ ਜੀ ਓਲਗਾ ਟੋਕਾਰਜ਼ੁਕ, ਪੋਲੈਂਡ ਦੇ ਇਹ ਲੇਡੀ ਨੇਗੇ। ਪਿਛਲੇ ਸਾਲ ਇਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕਰਨਾ ਸੀ, ਬਟ ਕਿਸੇ ਕਾਰਨ ਕਰਕੇ ਉਹ ਅਵਾਰਡ ਪੋਸਟਪੋਨ ਕਰ ਦਿੱਤਾ ਸੀਗਾ। ਕਿਉਂ ਕਰ ਦਿੱਤਾ ਗਿਆ ਸੀ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਤੇ ਇਸ ਵਾਰ ਦਾ ਜਿਹੜਾ 2019 ਦਾ ਨੋਬਲ ਪ੍ਰਾਈਜ਼ ਇਨ ਲਿਟਰੇਚਰ ਉਹ ਦਿੱਤਾ ਗਿਆ ਜੀ ਪੀਟਰ ਹੰਡਕੇ ਨੂੰ। ਇਹ ਆਸਟ੍ਰੇਲੀਆ ਦੇ ਨਾਵਲਕਾਰ ਨੇ, ਡਰਾਮਾ ਲਿਖਿਆ, ਪਿਛਲੇ 50 ਸਾਲਾਂ ਤੋਂ ਇਹਨਾਂ ਨੇ ਲਿਟਰੇਚਰ ਦੇ ਫੀਲਡ ਦੇ ਵਿੱਚ ਕੰਟਰੀਬਿਊਟ ਕੀਤਾ। ਸੋ ਹੁਣ ਆਪਾਂ ਪਹਿਲਾਂ ਗੱਲ ਕਰੀਏ ਜੀ ਵੀ ਪਿਛਲੇ ਸਾਲ ਜਿਹੜਾ ਨੋਬਲ ਪ੍ਰਾਈਜ਼ ਇਨ ਲਿਟਰੇਚਰ ਸੀਗਾ ਉਹ ਸਵੀਡਿਸ਼ ਅਕੈਡਮੀ ਨੂੰ ਪੋਸਟਪੋਨ ਕਿਉਂ ਕਰਨਾ ਪੈ ਗਿਆ ਸੀ, ਕਿਹੜੇ ਕਾਰਨਾਂ ਕਰਕੇ ਉਹ ਉਹਨਾਂ ਨੇ ਦਿੱਤਾ ਨਹੀਂ? ਦੇਖੋ, ਇੱਕ ਸੈਕਸ਼ੂਅਲ ਸਕੈਂਡਲ ਕਰਕੇ ਇਹ ਅਵਾਰਡ ਨੂੰ ਪੋਸਟਪੋਨ ਕਰਨਾ ਪੈ ਗਿਆ ਸੀਗਾ ਸਵੀਡਿਸ਼ ਅਕੈਡਮੀ ਦੁਆਰਾ। ਕਿਉਂ? ਕਿਉਂਕਿ ਇੱਕ ਆਦਮੀ ਦੇ ਉੱਪਰ ਰੇਪ ਦੇ ਕੇਸਿਸ ਸੀਗੇ ਤੇ ਉਹ ਕਨਵਿਕਟ ਵੀ ਪਾਇਆ ਗਿਆ ਤੇ ਉਹਨੂੰ ਜੇਲ੍ਹ ਵੀ ਹੋ ਗਈ ਸੀ ਪਿਛਲੇ ਸਾਲ। ਉਸ ਆਦਮੀ ਦੇ ਸਵੀਡਿਸ਼ ਅਕੈਡਮੀ ਦੇ ਨਾਲ ਨੇੜਲੇ ਸੰਬੰਧ ਸੀਗੇ, ਤਾਂ ਕਰਕੇ ਇਹਨਾਂ ਦੀ ਬਦਨਾਮੀ ਹੋ ਗਈ ਤੇ ਇਹਨਾਂ ਨੂੰ ਇਸ ਜਿਹੜਾ ਨੋਬਲ ਪ੍ਰਾਈਜ਼ ਇਨ ਲਿਟਰੇਚਰ 2018 ਸੀਗਾ ਉਹ ਪੋਸਟਪੋਨ ਕਰਨਾ ਪਿਆ। ਹੁਣ ਉਹ ਆਦਮੀ ਕੌਣ ਸੀ? ਉਹਦਾ ਨਾਮ ਸੀਗਾ ਜੀਨ ਕਲਾਉਡ ਅਰਨੋਲਟ। ਆ ਜਿਹੜਾ ਪਿਕਚਰ ਵਿੱਚ ਤੁਸੀਂ ਦੇਖ ਰਹੇ ਹੋ ਇਹ ਹੈ ਜੀਨ ਕਲਾਉਡ ਅਰਨੋਲਟ। ਇਹ ਇੱਕ ਪੱਤਰਕਾਰ, ਇੱਕ ਫੋਟੋਗ੍ਰਾਫਰ ਸੀਗਾ ਸਵੀਡਨ ਦਾ। ਇਹ ਸਵੀਡਨ ਦਾ ਰਹਿਣ ਵਾਲਾ, ਬੇਸਿਕਲੀ ਫਰਾਂਸ ਦਾ ਸਿਟੀਜਨ ਹੈ ਇਹ, ਬਟ ਸਵੀਡਨ ਦਾ ਇਹ ਰਹਿਣ ਵਾਲਾ। ਸਵੀਡਨ ਦੀ ਕੈਪੀਟਲ ਸਟਾਕਹੋਮ ਵਿਖੇ ਬਹੁਤ ਹੀ ਵੱਡਾ ਕਲਚਰਲ ਕਲੱਬ ਚਲਾਉਂਦੇ ਨੇ ਤੇ ਜਿਹੜੀ ਸਵੀਡਿਸ਼ ਅਕੈਡਮੀ ਹੈ ਜਿਹੜੀ ਅੱਗੇ ਕਮੇਟੀ ਬਿਠਾਉਂਦੀ ਹੈ ਨੋਬਲ ਪ੍ਰਾਈਜ਼ ਦੇਣਾ ਹੁੰਦਾ ਜਿਨ੍ਹਾਂ ਨੇ, ਉਹਨਾਂ ਦੇ ਨਾਲ ਬਹੁਤ ਹੀ ਚੰਗੇ ਸੰਬੰਧ ਸੀਗੇ ਇਹਨਾਂ ਦੇ ਜੀਨ ਕਲਾਉਡ ਅਰਨੋਲਟ ਦੇ। ਤੇ ਆਹ ਜਿਹੜੇ ਇਹਨਾਂ ਦੇ ਨਾਲ ਲੇਡੀ ਖੜੇ ਨੇ ਇਹ ਇਹਨਾਂ ਦੀ ਧਰਮ ਪਤਨੀ ਹੈ। ਇਹ ਸਵੀਡਿਸ਼ ਅਕੈਡਮੀ ਜਿਹੜੀ 18 ਮੈਂਬਰੀ ਇੱਕ ਸੰਸਥਾ ਹੈ ਉਹਦੀ ਇੱਕ ਮੈਂਬਰ ਹੈ ਤੇ ਇਹਨਾਂ ਦੇ ਕਰਕੇ ਕਈ ਇਲਜ਼ਾਮ ਲੱਗੇ ਨੇ ਸਵੀਡਿਸ਼ ਅਕੈਡਮੀ ਦੇ ਉੱਪਰ ਵੀ ਇੱਕ ਤਾਂ ਇਹਨਾਂ ਦੀ ਵਾਈਫ ਹੋਣ ਕਰਕੇ ਸਵੀਡਿਸ਼ ਅਕੈਡਮੀ ਦਾ ਜਿਹੜਾ ਨੋਬਲ ਪ੍ਰਾਈਜ਼ ਦੀ ਜਿਹੜੀ ਸੂਚੀ ਹੁੰਦੀ ਹੈ ਜਿਹਦੇ ਵਿੱਚ ਨੋਮੀਨੀਸ ਦੇ ਨਾਮ ਹੁੰਦੇ ਨੇ ਵੀ ਕਿਹੜੇ ਲੋਕਾਂ ਨੂੰ ਨੋਮੀਨੇਟ ਕੀਤਾ ਜਾਊਗਾ ਇਸ ਵਾਰ ਨੋਬਲ ਪ੍ਰਾਈਜ਼ ਦੇ ਲਈ, ਉਹ ਕਈ ਵਾਰ ਲੀਕ ਹੋ ਚੁੱਕੀ ਹੈ ਇਸ ਲੇਡੀ ਕਰਕੇ, ਕਿਉਂਕਿ ਇਹਦੀ ਧਰਮ ਪਤਨੀ ਹੈ ਇਸ ਆਦਮੀ ਦੀ ਤੇ ਇਹ ਸਵੀਡਿਸ਼ ਅਕੈਡਮੀ ਦੀ ਮੈਂਬਰ ਹੈ। ਉਸ ਤੋਂ ਇਲਾਵਾ ਇਸ ਆਦਮੀ ਦੇ ਉੱਪਰ ਰੇਪ ਦੇ ਕੇਸਿਸ ਸੀਗੇ, ਸੈਕਸ਼ੂਅਲ ਅਸੋਲਟ ਦੇ ਕੇਸਿਸ ਸੀਗੇ। 18 ਔਰਤਾਂ ਨੇ ਇਸ ਆਦਮੀ ਦੇ ਉੱਪਰ ਕੇਸ ਕੀਤਾ ਸੀ ਵੀ ਸਾਨੂੰ ਸੈਕਸ਼ੂਅਲੀ ਹਰਾਸ ਕਰਦਾ, ਪਿਛਲੇ ਸਾਲ ਇਹਨੂੰ ਜੇਲ੍ਹ ਕਰਤੀ ਸੀ ਤਾਂ ਕਰਕੇ ਜਿਹੜਾ ਨੋਬਲ ਪ੍ਰਾਈਜ਼ ਸੀਗਾ ਉਹ ਪਿਛਲੇ ਸਾਲ ਲਿਟਰੇਚਰ ਦੇ ਫੀਲਡ ਦੇ ਵਿੱਚ ਨਹੀਂ ਦਿੱਤਾ ਗਿਆ ਸੀ। ਤੇ ਆਹ ਉਹ ਇਸ ਸਾਲ ਦੇ ਵਿਨਰ ਨੇ ਜੀ। ਆ ਜਿਹੜੇ ਲੈਫਟ ਸਾਈਡ ਤੇ ਲੇਡੀ ਨੇ ਇਹ ਹੈਗੇ ਨੇ ਜੀ ਓਲਗਾ ਟੋਕਾਰਜ਼ੁਕ, ਪੋਲੈਂਡ ਦੇ ਲੇਡੀ ਨੇਗੇ। ਤੇ ਇੱਧਰ ਸੱਜੇ ਹੱਥ ਹੈਗੇ ਨੇ ਜੀ ਪੀਟਰ ਹਾਂਡਕੇ, ਆਸਟਰੀਆ ਦੇ ਨਾਵਲਕਾਰ, ਡਰਾਮਾਕਾਰ, ਕਾਫੀ ਕੁਛ ਲਿਖਿਆ ਇਹਨਾਂ ਨੇ, 50 ਸਾਲ ਤੋਂ ਕੰਟਰੀਬਿਊਟ ਕਰ ਰਹੇ ਨੇ ਲਿਟਰੇਚਰ ਦੇ ਫੀਲਡ ਦੇ ਵਿੱਚ। ਚਲੋ ਇੱਕ ਕੁਐਸਚਨ ਪੁੱਛਦਾ ਮੈਂ ਤੁਹਾਡੇ ਤੋਂ, ਓਲਗਾ ਟੋਕਾਰਜ਼ੁਕ ਜਿਹੜੇ ਆ ਲੈਫਟ ਸਾਈਡ ਤੇ ਖੜੇ ਨੇ, ਇਹਨਾਂ ਨੂੰ ਪਿਛਲੇ ਸਾਲ ਮੈਨ ਬੁੱਕਰ ਪ੍ਰਾਈਜ਼ ਮਿਲਿਆ ਸੀਗਾ ਕਿਹੜੇ ਨੋਵਲ ਦੇ ਲਈ? ਇਹਨਾਂ ਨੇ ਇਹੋ ਜਿਹਾ ਕਿਹੜਾ ਨੋਵਲ ਲਿਖਿਆ ਸੀ ਜਿਹਦੇ ਲਈ ਇਹਨਾਂ ਨੂੰ ਪਿਛਲੇ ਸਾਲ ਮੈਨ ਬੁੱਕਰ ਪ੍ਰਾਈਜ਼ ਮਿਲਿਆ ਸੀਗਾ? ਕੀ ਉਹ ਦਾ ਇੰਗਲਿਸ਼ ਪੇਸ਼ੈਂਟ ਸੀਗਾ, ਦ ਫਲਾਈਟ ਸੀਗਾ, ਮਿਲਕਮੈਨ ਸੀਗਾ, ਜਾਂ ਲਿੰਕਨ ਇਨ ਦਾ ਬਾਰਡਰ ਸੀਗਾ? ਇਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖੋ। ਤੇ ਜੇ ਹੋ ਸਕੇ ਤਾਂ ਮੈਨੂੰ ਇਹ ਦੱਸਿਓ ਜਿਹੜੇ ਆ ਪਹਿਲੇ 3 ਨੋਵਲ ਨੇ ਇਹਨਾਂ ਬਾਰੇ ਮਾੜੀ ਮਾੜੀ ਜਾਣਕਾਰੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ, ਕਿਉਂਕਿ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੋਵਲ ਨੇ। ਅੱਗੇ ਚੱਲਦੇ ਆਪਾਂ।
ਮਾੜਾ ਮੋਟਾ ਹੁਣ ਆਪਾਂ ਇਸ ਲਿਟਰੇਚਰ ਦੇ ਨੋਬਲ ਪ੍ਰਾਈਜ਼ ਬਾਰੇ ਗੱਲ ਕਰ ਲਈਏ ਤਾਂ ਇਹ 1901 ਜਦੋਂ ਨੋਬਲ ਪ੍ਰਾਈਜ਼ ਅਸਟੈਬਲਿਸ਼ ਕੀਤੇ ਗਏ ਸੀ, ਸਭ ਤੋਂ ਪਹਿਲਾਂ ਦਿੱਤੇ ਗਏ ਸੀ, ਉਦੋਂ ਹੀ ਇਹ ਅਵਾਰਡ ਨਾਲ ਚੱਲ ਰਿਹਾ ਸੀਗਾ। ਸਵੀਡਿਸ਼ ਲਿਟਰੇਚਰ ਪ੍ਰਾਈਜ਼ ਹੈ ਤੇ ਇਹ ਉਸ ਔਥਰ ਨੂੰ ਦਿੱਤਾ ਜਾਂਦਾ ਹੈ, ਕਿਸੇ ਵੀ ਕੰਟਰੀ ਦਾ ਹੋਵੇ ਕੋਈ ਚੱਕਰ ਨਹੀਂ ਹੈਗਾ, ਜਿਹਨੇ ਲਿਟਰੇਚਰ ਦੇ ਫੀਲਡ ਦੇ ਵਿੱਚ ਆਪਦੀ ਆਊਟਸਟੈਂਡਿੰਗ ਕੰਟਰੀਬਿਊਸ਼ਨ ਨਿਭਾਈ ਹੋਵੇ। ਧਿਆਨ ਚ ਰੱਖਣ ਵਾਲੀ ਗੱਲ ਇਹ ਹੈ, ਕਿਸੇ ਇੱਕ ਕਿਤਾਬ ਦੇ ਲਈ ਨੋਬਲ ਪ੍ਰਾਈਜ਼ ਇਨ ਲਿਟਰੇਚਰ ਤੁਹਾਨੂੰ ਦਿੱਤਾ ਨਹੀਂ ਜਾ ਸਕਦਾ। ਤੁਹਾਡਾ ਸਾਰੀ ਉਮਰ ਦਾ ਲਿਟਰੇਚਰ ਦੇ ਫੀਲਡ ਦੇ ਵਿੱਚ ਕੀ ਕੰਟਰੀਬਿਊਸ਼ਨ ਹੈ ਉਹਨੂੰ ਆਧਾਰ ਚ ਰੱਖਦੇ ਹੋਏ, ਧਿਆਨ ਚ ਰੱਖਦੇ ਹੋਏ ਤੁਹਾਨੂੰ ਨੋਬਲ ਪ੍ਰਾਈਜ਼ ਇਨ ਲਿਟਰੇਚਰ ਦੇ ਨਾਲ ਸਨਮਾਨਿਤ ਕੀਤਾ ਹੋਊਗਾ। ਸੋ ਇਹ ਗੱਲਾਂ ਯਾਦ ਰੱਖਿਓ। ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਜੇ ਇਹ ਨੋਬਲ ਪ੍ਰਾਈਜ਼ ਇਨ ਲਿਟਰੇਚਰ ਸਾਰੀ ਉਮਰ ਦੇ ਯੋਗਦਾਨ ਦੇ ਲਈ ਦਿੱਤਾ ਜਾਂਦਾ, ਕਿਸੇ ਇੱਕ ਬੁੱਕ ਦੇ ਲਈ ਨਹੀਂ ਦਿੱਤਾ ਜਾਂਦਾ, ਫਿਰ ਰਵਿੰਦਰ ਨਾਥ ਟੈਗੋਰ ਜੀ ਸੀਗੇ ਜਿਹੜੇ, ਉਹਨਾਂ ਨੂੰ ਤਾਂ ਗੀਤਾਂਜਲੀ ਕਿਤਾਬ ਦੇ ਲਈ ਨੋਬਲ ਪ੍ਰਾਈਜ਼ ਇਨ ਲਿਟਰੇਚਰ ਦਿੱਤਾ ਸੀਗਾ 1913 ਦੇ ਵਿੱਚ। ਇਹ ਕਿਵੇਂ ਹੋ ਗਿਆ? ਦੇਖੋ ਇਹ ਵਹਿਮ ਮੈਂ ਤੁਹਾਡਾ ਹੁਣੇ ਦੂਰ ਕਰਦਾ ਜਿਨ੍ਹਾਂ ਦੇ ਦਿਮਾਗ 'ਚ ਇਹ ਡਾਊਟ ਆਉਂਦਾ। ਰਵਿੰਦਰ ਨਾਥ ਟੈਗੋਰ ਜੀ ਦੀ ਜਿਹੜੀ ਇਹ ਬੁੱਕ ਸੀਗੀ ਗੀਤਾਂਜਲੀ, ਜਿਹਨੂੰ ਨੋਬਲ ਪ੍ਰਾਈਜ਼ ਇਨ ਲਿਟਰੇਚਰ ਮਿਲਿਆ ਸੀਗਾ 1913 ਦੇ ਵਿੱਚ, ਇਸ ਕਿਤਾਬ ਦੇ ਵਿੱਚ ਉਹਨਾਂ ਦੀ ਸਾਰੀ ਉਮਰ ਦੀਆਂ ਜਿੰਨੀਆਂ ਵੀ ਪੋਇਮਸ ਦੀਆਂ ਕਲੈਕਸ਼ਨ ਸੀਗੀਆਂ, ਉਹਨਾਂ ਸਾਰੀ ਉਮਰ ਦਾ ਨਿਚੋੜ ਸੀਗਾ ਉਹ ਉਹਨਾਂ ਨੇ ਆਪਦੀ ਇਸ ਬੁੱਕ ਦੇ ਵਿੱਚ ਲਿਖਿਆ ਸੀ। ਤਾਂ ਕਰਕੇ ਉਹਨਾਂ ਨੂੰ ਉਸ ਸਮੇਂ ਨੋਬਲ ਪ੍ਰਾਈਜ਼ ਇਨ ਲਿਟਰੇਚਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਛੋਟਾ ਜਿਹਾ ਡਾਊਟ ਹੁੰਦਾ ਜੋ ਅਕਸਰ ਬੱਚਿਆਂ ਦੇ ਮਨਾਂ ਦੇ ਵਿੱਚ ਆਇਆ। ਅਗਲੀ ਨਿਊਜ਼ ਆ ਗਈ ਜੀ ਫੈਜ਼ੋਲਿਨਿਕ, ਦੁਬਾਰਾ ਤੋਂ ਪੜ੍ਹਦਾ ਮੈਂ, ਫੈਜ਼ੋਲਿਸਿਨ, ਠੀਕ ਹੈ, ਮੇਰੀ ਇੰਗਲਿਸ਼ ਥੋੜੀ ਜਿਹੀ ਵੀਕ ਹੈ, ਤੁਹਾਨੂੰ ਤਾਂ ਹੁਣ ਪਤਾ ਲੱਗ ਹੀ ਗਿਆ। ਇਹ ਕੀ ਚੀਜ਼ ਹੈ? ਇਹ ਬੇਸਿਕਲੀ ਇੱਕ ਨਵੀਂ ਐਂਟੀਬਾਇਓਟਿਕ ਹੈ, ਇਹਨੂੰ ਡਿਸਕਵਰ ਕੀਤਾ ਗਿਆ ਕਿੱਥੇ? ਮੈਕਸੀਕੋ ਦੇ ਟ੍ਰੋਪੀਕਲ ਰੇਨ ਫੋਰੈਸਟ ਨੇ, ਉੱਥੋਂ ਇਸ ਐਂਟੀਬਾਇਓਟਿਕ ਨੂੰ ਡਿਸਕਵਰ ਕੀਤਾ ਗਿਆ। ਵਾਈਲਡ ਬੀਨਸ ਜਿਹੜੀਆਂ ਫਲੀਆਂ ਹੁੰਦੀਆਂ ਨੇ, ਜੰਗਲੀ ਫਲੀਆਂ, ਉਹਨਾਂ ਦੇ ਵਿੱਚ ਇਹ ਐਂਟੀਬਾਇਓਟਿਕ ਪਾਈ ਗਈ ਹੈ। ਇਸ ਐਂਟੀਬਾਇਓਟਿਕ ਦੇ ਫਾਇਦੇ ਕੀ ਨੇ? ਦੇਖੋ ਇਸ ਐਂਟੀਬਾਇਓਟਿਕ ਦਾ ਸਭ ਤੋਂ ਪਹਿਲਾ ਫਾਇਦਾ ਤਾਂ ਇਹ ਹੁੰਦਾ, ਜਿਹੜਾ ਕਿ ਆਪਾਂ ਸਾਰਿਆਂ ਨੂੰ ਪਤਾ, ਐਂਟੀਬਾਇਓਟਿਕ ਕਿਹਦੇ ਅਗੇਂਸਟ ਕੰਮ ਕਰਦੀਆਂ ਨੇ? ਉਹ ਹੁੰਦੇ ਨੇ ਜੀ ਬੈਕਟੀਰੀਆ। ਸੋ ਜਿਹੜੇ ਹਾਰਮਫੁਲ ਮਾਈਕਰੋਬਸ, ਹਾਰਮਫੁਲ ਬੈਕਟੀਰੀਆ ਨੇ, ਪਲਾਂਟਸ ਦੀ ਗਰੋਥ ਦੇ ਲਈ ਖਤਰਾ ਨੇ, ਉਹਨਾਂ ਦੇ ਖਿਲਾਫ ਇਹ ਐਂਟੀਬਾਇਓਟਿਕ ਕੰਮ ਕਰੂਗੀ। ਦੂਸਰਾ ਫਾਇਦਾ ਇਹ ਹੈ, ਇਹ ਪੈਪਟਾਈਡ ਕਲਾਸ ਤੋਂ ਬਿਲੋਂਗ ਕਰਦੀ ਹੈ ਤੇ ਇਹ ਜਿਹੜੀ ਫੈਜ਼ੋਲਿਸਿਨ ਇਹ ਐਂਟੀਬਾਇਓਟਿਕ ਹੈ, ਇਹ ਰਾਈਬੋਸੋਮ ਦੇ ਨਾਲ ਬਲੈਂਡ ਹੋ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰੋਟੀਨਸ ਨੇ ਉਹਨਾਂ ਨੂੰ ਵੀ ਸਿੰਥੇਸਾਈਜ਼ ਕਰ ਸਕਦੀ ਹੈ। ਰਾਈਬੋਸੋਮ ਕੀ ਹੁੰਦਾ? ਦੇਖੋ ਆਪਾਂ ਬਾਇਓਲੋਜੀ ਦੇ ਵਿੱਚ ਪੜ੍ਹਦੇ ਹਾਂ, ਆਪਣੀ ਬਾਡੀ ਦੇ ਵਿੱਚ ਰਾਈਬੋਸੋਮ ਹੁੰਦਾ ਹੈ। ਹੁੰਦਾ ਕੀ ਹੈ? ਰਾਈਬੋਸੋਮ ਉਹ ਜਗ੍ਹਾ ਹੁੰਦੀ ਹੈ ਜਿੱਥੇ ਪ੍ਰੋਟੀਨ ਨੂੰ ਸਿੰਥੇਸਾਈਜ਼ ਕਰਿਆ ਜਾਂਦਾ ਹੈ। ਯਾਨੀ ਕਿ ਰਾਈਬੋਸੋਮਸ ਦਾ ਕੰਮ ਕੀ ਹੁੰਦਾ? ਇਹ ਪ੍ਰੋਟੀਨਸ ਨੂੰ ਸਿੰਥੇਸਾਈਜ਼ ਕਰਦੇ ਨੇ। ਤੁਹਾਡੇ ਤੋਂ ਚਲੋ ਮੈਂ ਇੱਕ ਹੋਰ ਕੁਐਸਚਨ ਪੁੱਛਦਾ, ਜਿਹੜੀਆਂ ਗੋਲਗੀ ਬਾਡੀਜ਼ ਹੁੰਦੀਆਂ ਨੇ ਉਹਨਾਂ ਦਾ ਬਾਡੀ ਦੇ ਵਿੱਚ ਕੀ ਕੰਮ ਹੁੰਦਾ, ਉਹ ਕੀ ਕੰਮ ਕਰਦੀਆਂ ਨੇ, ਉਹ ਕਮੈਂਟ ਬਾਕਸ ਦੇ ਵਿੱਚ ਲਿਖੋ। ਸੋ ਇਹ ਜਿਹੜੀ ਫੈਜ਼ੋਲਿਸਿਨ ਹੈਗੀ ਐਂਟੀਬਾਇਓਟਿਕ, ਸਭ ਤੋਂ ਪਹਿਲਾਂ ਜਿਹੜੇ ਹਾਰਮਫੁਲ ਮਾਈਕਰੋਬਸ ਨੇਗੇ ਉਹਨਾਂ ਦੇ ਅਗੇਂਸਟ ਕੰਮ ਕਰੂਗੀ, ਦੂਸਰਾ ਇਹ ਰਾਈਬੋਸੋਮ ਦੇ ਨਾਲ ਬਲੈਂਡ ਹੋ ਜਾਂਦੀ ਹੈ ਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਟੀਨਸ ਨੂੰ ਇਹ ਸਿੰਥੇਸਾਈਜ਼ ਕਰ ਸਕਦੀ ਹੈ। ਤੇ ਅੱਗੇ ਚੱਲਦੇ ਹਾਂ ਆਪਾਂ, ਅਗਲੀ ਨਿਊਜ਼ ਸਾਇੰਸ ਐਂਡ ਟੈਕ ਦੇ ਲਿਹਾਜ਼ ਨਾਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਨਿਊਜ਼ ਦਾ ਨਾਮ ਹੈਗਾ ਜੀ ਨਾਸਾਜ਼ ਆਈਕਨ ਮਿਸ਼ਨ। ਨਾਸਾ ਦੁਆਰਾ ਇੱਕ ਸੈਟੇਲਾਈਟ ਲਾਂਚ ਕੀਤਾ ਗਿਆ ਜਲਦ ਹੀ, ਤੇ ਅੱਗੇ ਸਾਰ ਇਹ ਕੰਮ ਕਰੂਗਾ। ਲੋ ਅਰਥ ਓਰਬਿਟ, ਧਰਤੀ ਦਾ ਜਿਹੜਾ ਲੋ ਅਰਥ ਓਰਬਿਟ ਹੁੰਦਾ ਹੈ 200 ਤੋਂ ਲੈ ਕੇ 2000 ਕਿਲੋਮੀਟਰ ਤੱਕ ਦੀ ਹਾਈਟ ਤੱਕ, ਸੋ ਉੱਥੇ ਇਹ ਸੈਟੇਲਾਈਟ ਨੂੰ ਪਲੇਸ ਕੀਤਾ ਗਿਆ। ਬੇਸਿਕਲੀ ਧਰਤੀ ਤੋਂ 500-600 ਕਿਲੋਮੀਟਰ ਦੀ ਹਾਈਟ ਤੇ ਇਹ ਸੈਟੇਲਾਈਟ ਨੂੰ ਪਲੇਸ ਕੀਤਾ ਗਿਆ। ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹੁੰਦਾ, ਵੈਸੇ ਤਾਂ ਮੈਂ ਇੱਡਾ ਹੈ ਨਹੀਂ ਸਲਾਹ ਦੇਣ ਵਾਲਾ, ਬਟ ਜਿਹੜੀਆਂ ਵੀ ਆਪਾਂ ਖਬਰਾਂ ਆਪਣੀ ਨਿਊਜ਼ ਕਵਰ ਕਰਦੇ ਹਾਂ ਆਪਾਂ ਟੌਪਿਕ ਵਾਈਜ਼ ਕਰਦੇ ਹਾਂ ਅਕਸਰ, ਤੁਸੀਂ ਦੇਖਦੇ ਹੋ ਜਿਹੜੀ ਇਨਵਾਇਰਮੈਂਟ ਦੀ ਖਬਰ ਹੁੰਦੀ ਹੈ ਉਹ ਮੈਂ ਸਪੈਸ਼ਲ ਸਟ੍ਰੈਸ ਪਾਉਣਾ ਤੁਹਾਡੇ ਤੋਂ ਵੀ ਇਨਵਾਇਰਮੈਂਟ ਦੀ ਖਬਰ ਹੈ। ਸਾਇੰਸ ਐਂਡ ਟੈਕ ਤੇ ਮੈਂ ਹੋਰ ਜ਼ਿਆਦਾ ਸਟ੍ਰੈਸ ਪਾਉਣਾ ਵੀ ਸਾਇੰਸ ਐਂਡ ਟੈਕ ਦੇ ਲਿਹਾਜ਼ ਨਾਲ ਇਹ ਖਬਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੋ ਜੇ ਹੋਰ ਨਹੀਂ ਕੁਛ ਕਰ ਸਕਦੇ ਤਾਂ ਸਾਇੰਸ ਐਂਡ ਟੈਕ ਦੀ ਤੁਸੀਂ ਇੱਕ ਅਲੱਗ ਨੋਟਬੁੱਕ ਲਗਾ ਲਓ, ਉੱਥੇ ਜਿੰਨਾ ਵੀ ਮੈਂ ਸਾਇੰਸ ਐਂਡ ਟੈਕ ਦੇ ਨਾਲ ਰਿਲੇਟਡ ਚੀਜ਼ਾਂ ਦੱਸਦਾ ਤੁਹਾਨੂੰ, ਚਾਹੇ ਉਹ ਕੋਈ ਡਿਫੈਂਸ ਇਕਵਿਪਮੈਂਟ ਹੋ ਗਿਆ, ਚਾਹੇ ਨਾਸਾ ਇਸਰੋ ਦਾ ਕੋਈ ਮਿਸ਼ਨ ਹੋ ਗਿਆ, ਉਹ ਤੁਸੀਂ ਉੱਥੇ ਲਿਖ ਸਕਦੇ ਹੋ। ਇਹ ਤੁਹਾਨੂੰ ਅੱਗੇ ਜਾ ਕੇ ਹੈਲਪਫੁਲ ਬਹੁਤ ਜ਼ਿਆਦਾ ਹੋਣਗੇ, ਕਿਉਂਕਿ ਸਾਇੰਸ ਐਂਡ ਟੈਕ ਹੋ ਗਿਆ, ਇਨਵਾਇਰਮੈਂਟ ਹੋ ਗਈ, ਇਹ ਪੀਪੀਐਸਸੀ ਦੇ ਵਨ ਆਫ ਦਾ ਫੇਵਰੇਟ ਸਬਜੈਕਟ ਨੇ। ਜੇ ਪੀਪੀਐਸਸੀ 100 ਸਵਾਲ ਪੁੱਛਦੀ ਹੈ ਪੇਪਰ ਦੇ ਵਿੱਚ ਜੀਕੇ ਦੇ, ਤਾਂ ਤੁਸੀਂ ਯਕੀਨ ਨਹੀਂ ਕਰੋਗੇ ਉਹਨਾਂ 100 ਸਵਾਲਾਂ ਦੇ ਵਿੱਚੋਂ ਤੁਹਾਨੂੰ 40 ਤੋਂ ਲੈ ਕੇ 50 ਸਵਾਲ ਇਕੱਲੀ ਇਨਵਾਇਰਮੈਂਟ ਤੇ ਸਾਇੰਸ ਐਂਡ ਟੈਕ ਚੋਂ ਮਿਲ ਜਾਣਗੇ, ਇੰਨੇ ਜ਼ਿਆਦਾ ਫੇਵਰੇਟ ਸਬਜੈਕਟ ਨੇ ਇਹ ਪੀਪੀਐਸਸੀ ਦੇ। ਸੋ ਇੰਨਾ ਕੁ ਕੰਮ ਜੇ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕਰੋ। ਆਈਕੋਨ ਮਿਸ਼ਨ ਬਾਰੇ ਗੱਲ ਕਰੀਏ ਤਾਂ ਆਈਕੋਨ ਦੀ ਫੁੱਲ ਫੋਰਮ ਹੈਗੀ ਜੀ ਆਇਨੋਸਫੇਰਿਕ ਕਨੈਕਸ਼ਨ ਐਕਸਪਲੋਰਰ। ਨਾਮ ਤੋਂ ਪਤਾ ਚੱਲ ਰਿਹਾ ਧਰਤੀ ਜੀ ਦੀ ਜਿਹੜਾ ਐਟਮੋਸਫੇਅਰ ਦੀ ਲੇਅਰ ਹੈ ਆਇਨੋਸਫੇਅਰ, ਉਹਨੂੰ ਸਟੱਡੀ ਕਰੂਗਾ। ਇਸ ਮਿਸ਼ਨ ਦੀ ਇੱਕ ਖਾਸ ਖਾਸੀਅਤ ਹੈਗੀ, ਨਾਸਾ ਨੇ ਜਿਹੜਾ ਇਹ ਸੈਟੇਲਾਈਟ ਲਾਂਚ ਕੀਤਾ ਹੈ ਇਹ ਇਹਨਾਂ ਨੇ ਧਰਤੀ ਤੋਂ ਨਹੀਂ ਲਾਂਚ ਕੀਤਾ, ਇਹਨੂੰ ਲਾਂਚ ਕਰਨ ਦੇ ਲਈ ਨਾਸਾ ਨੇ ਏਅਰ ਟੂ ਆਰਬਿਟ ਲਾਂਚ ਸਿਸਟਮ ਦੀ ਮਦਦ ਲਈ ਹੈ। ਪਹਿਲਾਂ ਤਾਂ ਆਪਾਂ ਇਸ ਲਾਂਚ ਸਿਸਟਮ ਦੀ ਗੱਲ ਕਰੀਏ, ਕਿਉਂਕਿ ਇਹ ਆਪਣੇ ਸਾਰਿਆਂ ਦੇ ਲਈ ਇੱਕ ਨਵੀਂ ਜੀ ਟਰਮ ਹੈ।
ਦੇਖੋ ਜਿਹੜੀਆਂ ਸੈਟੇਲਾਈਟ ਹੁੰਦੇ ਨੇ ਉਹਨਾਂ ਨੂੰ ਲਾਂਚ ਕਰਨ ਦੇ ਦੋ ਤਰੀਕੇ ਹੁੰਦੇ ਨੇ, ਜਾਂ ਤਾਂ ਉਹਨਾਂ ਨੂੰ ਧਰਤੀ ਤੇ ਲਾਂਚ ਕਰ ਲਓ ਜਿਵੇਂ ਆਪਣੇ ਇਸਰੋ ਵਾਲੇ ਕਰਦੇ ਨੇ, ਨਾਸਾ ਵਾਲੇ ਕਰਦੇ ਨੇ, ਸਪੇਸ ਐਕਸ ਵਾਲੇ ਕਰਦੇ ਨੇ। ਇੱਕ ਤਰੀਕਾ ਤਾਂ ਉਹ ਹੋ ਗਿਆ ਜਿਵੇਂ ਆਪਾਂ ਚੰਦਰਯਾਨ 2 ਭੇਜਿਆ ਸੀ, ਆਪਣੇ ਧਰਤੀ ਤੋਂ ਭੇਜਿਆ ਸੀਗਾ GSLV ਮਾਰਕ 3 ਤੋਂ। ਦੂਸਰਾ ਤਰੀਕਾ ਹੁੰਦਾ ਕਿਸੇ ਸੈਟੇਲਾਈਟ ਨੂੰ ਲਾਂਚ ਕਰਨ ਦਾ, ਉਹ ਹੈ ਜੀ ਏਅਰ ਟੂ ਆਰਬਿਟ ਲਾਂਚ ਸਿਸਟਮ। ਇਹਦੇ ਵਿੱਚ ਕੀ ਹੁੰਦਾ, ਇੱਕ ਏਅਰਪਲੇਨ ਹੁੰਦਾ, ਕਾਫੀ ਵੱਡਾ ਏਅਰਪਲੇਨ ਹੁੰਦਾ, ਉਹਦੇ ਨੀਚੇ ਇੱਕ ਇਹ ਥ੍ਰਸਟਰ, ਇਹ ਜਿਹੜਾ ਰਾਕਟ ਹੁੰਦਾ ਇਹ ਲੱਗਿਆ ਹੁੰਦਾ। ਇਸ ਰਾਕਟ ਦਾ ਨਾਮ ਹੈਗਾ ਫੈਗੈਸਸ ਵੀ, ਠੀਕ ਹੈ, ਨਾਸਾ ਦਾ ਇਹ ਰਾਕਟ ਹੈ। ਇਹ ਰਾਕਟ ਅੱਗੇ ਜਾਊਗਾ ਜੀ ਤੇ ਸੈਟੇਲਾਈਟ ਹੋਊਗਾ ਜਿਹੜਾ ਉਹਨੂੰ ਉਹਦੇ ਆਰਬਿਟ 'ਚ ਪਲੇਸ ਕਰ ਦੂਗਾ। ਸੋ ਅੱਗੇ ਦੇਖਦੇ ਹਾਂ, ਹੁਣ ਜਿਹੜਾ ਇਹ ਰਾਕਟ ਹੈ ਇਹ ਜਿਵੇਂ ਹੁਣ ਇੱਥੋਂ ਕੰਮ ਜਿਹੜਾ ਆਮ ਸੈਟੇਲਾਈਟ ਵਾਲਾ ਹੁੰਦਾ ਉਹ ਕੰਮ ਸਟਾਰਟ ਹੋ ਗਿਆ, ਇਹ ਸਪਲਿਟ ਹੁੰਦਾ ਜਾਊਗਾ ਤੇ ਜਿਹੜਾ ਸੈਟੇਲਾਈਟ ਹੋਊਗਾ ਉਹਨੂੰ ਲਾਂਚ ਕਰ ਦੂਗਾ। ਇਸ ਮੈਥਡ ਨੂੰ ਲਾਂਚ ਕਰਨ ਦਾ ਫਾਇਦਾ ਇਹ ਹੁੰਦਾ, ਬੇਸਿਕਲੀ ਇੱਕ ਤਾਂ ਜਿਹੜੀ ਸੈਟੇਲਾਈਟ ਆਪਾਂ ਨੇ ਆਰਬਿਟ ਦੇ ਵਿੱਚ ਪਲੇਸ ਕਰਨੀ ਹੈ ਉਹ ਥੋੜੀ ਜਿਹੀ ਪ੍ਰੀਸਾਈਜ਼ਲੀ ਪਲੇਸ ਹੋ ਜਾਂਦੀ ਹੈ, ਥੋੜੀ ਜਿਹੀ ਐਕੂਰੇਸੀ ਜ਼ਿਆਦਾ ਆਉਂਦੀ ਹੈ। ਬਟ ਇਹਦਾ ਇੱਕ ਨੁਕਸਾਨ ਇਹ ਹੈ, ਇਹ ਜਿਹੜਾ ਮੈਥਡ ਹੈ ਲਾਂਚ ਕਰਨ ਦਾ ਸੈਟੇਲਾਈਟਸ ਨੂੰ, ਇਹ ਆਪਾਂ ਜ਼ਿਆਦਾ ਭਾਰੀ ਸੈਟੇਲਾਈਟਸ ਨੂੰ ਲਾਂਚ ਕਰਨ ਦੇ ਲਈ ਨਹੀਂ ਵਰਤ ਸਕਦੇ। ਜਿਹੜੀਆਂ ਹਲਕੀਆਂ ਸੈਟੇਲਾਈਟਸ ਹੁੰਦੀਆਂ ਨੇ ਜਿਨ੍ਹਾਂ ਦਾ ਭਾਰ 300-400 ਕਿਲੋ ਹੁੰਦਾ ਉਹ ਹੀ ਲਾਂਚ ਕਰੀਆਂ ਜਾ ਸਕਦੇ ਨੇ ਇਸ ਮੈਥਡ ਤੋਂ। ਸੋ ਜਿਹੜੇ ਹੈਵੀ ਸੈਟੇਲਾਈਟਸ ਹੁੰਦੇ ਨੇ ਉਹਨਾਂ ਨੂੰ ਆਪਾਂ ਨੂੰ ਧਰਤੀ ਤੋਂ ਹੀ ਲਾਂਚ ਕਰਨਾ ਪੈਂਦਾ, ਤੇ ਇੱਕ ਸਟੱਡੀ 'ਚ ਇਹ ਵੀ ਪਾਇਆ ਗਿਆ ਵੀ ਕੋਈ ਖਾਸ ਫਰਕ ਨਹੀਂ ਪੈਂਦਾ ਹੈਗਾ, ਚਾਹੇ ਤੁਸੀਂ ਧਰਤੀ ਤੋਂ ਲਾਂਚ ਕਰ ਲਓ ਚਾਹੇ ਤੁਸੀਂ ਸਪੇਸ ਤੋਂ ਲਾਂਚ ਕਰ ਲਓ, 5-10% ਹੀ ਜ਼ਿਆਦਾ ਐਕੂਰੇਸੀ ਤੇ ਥੋੜੀ ਜਿਹੀ ਜ਼ਿਆਦਾ ਐਫੀਸ਼ੀਐਂਸੀ ਹੋ ਜਾਂ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਸੋ ਆਪਾਂ ਪਹਿਲਾਂ ਤਾਂ ਏਅਰ ਟੂ ਆਰਬਿਟ ਲਾਂਚ ਸਿਸਟਮ ਬਾਰੇ ਸਮਝਿਆ, ਹੁਣ ਆਪਾਂ ਇਸ ਮਿਸ਼ਨ ਬਾਰੇ ਗੱਲ ਕਰਦੇ ਹਾਂ। ਆਈਕੋਨ ਮਿਸ਼ਨ ਦਾ ਕੰਮ ਕੀ ਹੈ, ਆਈਨੋਸਫੀਅਰ ਕਨੈਕਸ਼ਨ ਐਕਸਪਲੋਰਰ ਇਹ ਕੰਮ ਕੀ ਕਰੂਗਾ। ਦੇਖੋ ਆਪਾਂ ਸਾਰਿਆਂ ਨੂੰ ਪਤਾ ਆਪਣੀ ਧਰਤੀ ਦੀਆਂ ਆਪਣੇ ਐਟਮੋਸਫੀਅਰ ਦੇ ਕਈ ਲੇਅਰਾਂ ਨੇ, ਟ੍ਰੋਪੋਸਫੀਅਰ, ਸਟੈਟੋਸਫੀਅਰ, ਮੀਜ਼ੋਸਫੀਅਰ, ਥਰਮੋਸਫੀਅਰ, ਆਈਨੋਸਫੀਅਰ ਤੇ ਐਗਜ਼ੋਸਫੀਅਰ। ਸੋ ਜਿਹੜੀ ਇਹ ਆਈਨੋਸਫੀਅਰ ਲੇਅਰ ਹੈ ਇਹਦੀ ਇੱਕ ਖਾਸੀਅਤ ਇਹ ਹੈ, ਇਸ ਲੇਅਰ ਦੇ ਵਿੱਚ ਚਾਰਜਡ ਪਾਰਟੀਕਲਸ ਹੁੰਦੇ ਨੇਗੇ, ਤੇ ਇਹਨਾਂ ਚਾਰਜ ਪਾਰਟੀਕਲਸ ਨੂੰ ਡਿਟੈਕਟ ਤੇ ਸਟੱਡੀ ਕਰੂਗਾ ਵੀ ਇਹਨਾਂ ਦਾ ਇੰਪੈਕਟ ਕੀ ਹੈ, ਉਸ ਤੋਂ ਇਲਾਵਾ ਇਹਨਾਂ ਦੇ ਚੇਂਜਸ ਕੀ ਆ ਰਹੇ ਨੇ ਆਈਨੋਸਫੀਅਰ ਦੇ ਵਿੱਚ ਇਹਨਾਂ ਕਰਕੇ। ਉਸ ਤੋਂ ਇਲਾਵਾ ਜਿਹੜੇ ਸੂਰਜ ਦੀਆਂ ਕਿਰਨਾਂ ਨੇ, ਸਨ ਰੇਜ਼ ਕਹਿੰਦੇ ਜਿਹਨਾਂ ਨੂੰ ਆਪਾਂ, ਉਹਨਾਂ ਦਾ ਇਹਨਾਂ ਚਾਰਜ ਪਾਰਟੀਕਲ ਦੇ ਉੱਪਰ ਕੀ ਇੰਪੈਕਟ ਹੈ, ਰੇਡੀਏਸ਼ਨ ਲੈਵਲ ਚੈੱਕ ਕੀਤੀ ਜਾਊਗੀ ਇਸ ਮਿਸ਼ਨ ਦੇ ਵਿੱਚ, ਆਈਨੋਸਫੀਅਰ ਜਿਹੜੀ ਲੇਅਰ ਹੈਗੀ ਉਹਦੇ ਵਿੱਚ, ਤੇ ਉਸ ਤੋਂ ਇਲਾਵਾ ਰੇਡੀਏਸ਼ਨ ਦਾ ਐਸਟ੍ਰੋਨੋਟਸ ਦੇ ਉੱਪਰ, ਠੀਕ ਹੈ, ਇਫੈਕਟ ਕੀ ਹੈ, ਤੇ ਹੋਰ ਵੀ ਜਿਹੜਾ ਜ਼ਰੂਰੀ ਡਾਟਾ ਉਹ ਸਾਰਾ ਕਨੈਕਟ ਕਰੂਗਾ ਇਸ ਮਿਸ਼ਨ ਆਈਕੋਨ ਮਿਸ਼ਨ। ਹੁਣ ਲੱਗਦੇ ਹੱਥ ਆਪਣੀ ਅਰਥ ਦੇ ਜਿਹੜੇ ਐਟਮੋਸਫੀਅਰ ਦੀਆਂ ਵੱਖ ਵੱਖ ਲੇਅਰਾਂ ਨੇ, ਆਪਾਂ ਉਹਨਾਂ ਬਾਰੇ ਵੀ ਇੱਕ ਵੇਰਵਾ ਜੇ ਆਪਾਂ ਪੜ੍ਹ ਲਈਏ, ਕਿਉਂਕਿ ਐਗਜ਼ਾਮ ਦੇ ਵਿੱਚ ਇਹਨਾਂ ਤੋਂ ਅਕਸਰ ਕੁਐਸਚਨ ਪੁੱਛਿਆ ਜਾਂਦਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਜੀ ਟ੍ਰੋਪੋਸਫੀਅਰ ਲੇਅਰ ਬਾਰੇ, ਤਾਂ ਧਰਤੀ ਦੇ ਸਰਫੇਸ ਤੋਂ ਪਹਿਲੀ ਲੇਅਰ ਹੀ ਹੁੰਦੀ ਹੈ ਇਹ, 8-14 ਕਿਲੋਮੀਟਰ ਤੱਕ ਇਹ ਲੇਅਰ ਹੁੰਦੀ ਹੈ, ਤੇ ਸਭ ਤੋਂ ਜ਼ਿਆਦਾ ਡੈਂਸ ਲੇਅਰ ਹੁੰਦੀ ਹੈ। ਇਹ ਕੁਐਸਚਨ ਹੈਗੇ ਜਿਹੜਾ ਮੈਂ ਬੋਲ ਰਿਹਾ ਵੀ ਸਭ ਤੋਂ ਜ਼ਿਆਦਾ ਡੈਂਸ ਲੇਅਰ ਕਿਹੜੀ ਹੁੰਦੀ ਹੈ, ਸਭ ਤੋਂ ਘੱਟ ਕਿਹੜੀ ਹੁੰਦੀ ਹੈ। ਸੋ ਟ੍ਰੋਪੋਸਫੀਅਰ ਸਭ ਤੋਂ ਮੋਸਟ ਡੈਂਸ ਲੇਅਰ ਹੁੰਦੀ ਹੈ। ਇੰਪੋਰਟੈਂਟ ਪੁਆਇੰਟ ਇੱਥੇ ਇਹ ਹੈ, ਜਿੰਨੇ ਵੀ ਵੈਦਰ ਫੀਨੋਮੀਨਾ ਨੇਗੇ ਉਹ ਸਾਰੇ ਐਟਮੋਸਫੀਅਰ ਦੇ ਵਿੱਚ ਜਿੰਨੇ ਵੀ ਵੈਦਰ ਫੀਨੋਮੀਨਾ ਹੁੰਦੇ ਨੇ ਉਹ ਟ੍ਰੋਪੋਸਫੀਅਰ ਲੇਅਰ ਦੇ ਵਿੱਚ ਹੁੰਦੇ ਨੇ, ਠੀਕ ਹੈ। ਅਗਲੀ ਲੇਅਰ ਆ ਗਈ, ਆਪਾਂ ਇਸ ਮੈਪ ਨੂੰ ਵੀ ਸਾਰਾ ਐਨਾਲਿਸ ਕਰਾਂਗੇ, ਇਸ ਫੋਟੋ ਨੂੰ ਤੁਹਾਨੂੰ ਮੈਂ ਸਮਝਾਉਂਗਾ। ਅਗਲੀ ਲੇਅਰ ਆ ਗਈ ਜੀ ਸਟ੍ਰੈਟੋਸਫੀਅਰ, ਟ੍ਰੋਪੋਸਫੀਅਰ ਤੋਂ ਜਸਟ ਅਗਲੀ ਲੇਅਰ ਆ ਗਈ ਸਟ੍ਰੈਟੋਸਫੀਅਰ, ਧਰਤੀ ਤੋਂ 50 ਕਿਲੋਮੀਟਰ ਦੀ ਹਾਈਟ ਤੇ ਹੁੰਦੀ ਹੈ ਸਟ੍ਰੈਟੋਸਫੀਅਰ ਲੇਅਰ। ਜਿਹੜੀ ਓਜ਼ੋਨ ਲੇਅਰ ਹੁੰਦੀ ਹੈ ਉਹ ਸਟ੍ਰੈਟੋਸਫੀਅਰ ਲੇਅਰ ਦਾ ਪਾਰਟ ਹੁੰਦੀ ਹੈ, ਇੱਥੇ ਪਾਈ ਜਾਂਦੀ ਹੈ, ਠੀਕ ਹੈ। ਤੇ ਉਸ ਤੋਂ ਇਲਾਵਾ ਇਸ ਲੇਅਰ ਦੀ ਇੱਕ ਖਾਸ ਗੱਲ ਇਹ ਹੈਗੀ, ਜਿਹੜੇ ਤੁਹਾਡੇ ਏਅਰਪਲੇਨ ਹੁੰਦੇ ਨੇਗੇ ਉਹ ਏਅਰਪਲੇਨ ਸਟ੍ਰੈਟੋਸਫੀਅਰ ਲੇਅਰ ਹੁੰਦੇ ਜਿਹੜੀ ਇਹਦੇ ਵਿੱਚ ਫਲਾਈ ਕਰਦੇ ਨੇ। ਕਿਉਂ ਫਲਾਈ ਕਰਦੇ ਨੇ, ਕੀ ਕਾਰਨ ਹੈ, ਦੇਖੋ ਮੈਂ ਤੁਹਾਨੂੰ ਕੀ ਦੱਸਿਆ ਸੀਗਾ, ਜਿੰਨੇ ਵੀ ਵੈਦਰ ਫੀਨੋਮੀਨਾ ਨੇਗੇ, ਤੁਹਾਡੀ ਹਵਾ ਹੋ ਗਈ, ਤੁਹਾਡੇ ਤੂਫਾਨ ਹੋ ਗਏ, ਉਹ ਸਾਰੇ ਟ੍ਰੋਪੋਸਫੀਅਰ ਲੇਅਰ ਦੇ ਵਿੱਚ ਐਗਜ਼ਿਸਟ ਕਰਦੇ ਨੇ। ਸੋ ਜਿਹੜੀ ਸਟ੍ਰੈਟੋਸਫੀਅਰ ਲੇਅਰ ਹੈ ਉੱਥੇ ਇੱਕ ਤਾਂ ਜਿਹੜੇ ਬੱਦਲ ਹੁੰਦੇ ਨੇ, ਕਲਾਉਡਸ ਹੁੰਦੇ ਨੇ, ਉਹ ਘੱਟ ਹੁੰਦੇ ਨੇ। ਉਸ ਤੋਂ ਇਲਾਵਾ ਜਿਹੜੀ ਵਿੰਡ ਦੀ ਟਰਬੂਲੈਂਸ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਸਟ੍ਰੈਟੋਸਫੀਅਰ ਲੇਅਰ ਦੇ ਵਿੱਚ। ਸੋ ਇਹ ਇੱਕ ਸਟੇਬਲ ਲੇਅਰ ਹੁੰਦੀ ਹੈ ਜਿਹੜੇ ਏਅਰਪਲੇਨ ਹੁੰਦੇ ਨੇ ਉਹਨਾਂ ਨੂੰ ਉਡਾਉਣ ਦੇ ਲਈ। ਸੋ ਸਟ੍ਰੈਟੋਸਫੀਅਰ ਲੇਅਰ ਦਾ ਇਹ ਕੰਮ ਹੋ ਗਿਆ ਜੀ। ਤੀਸਰੀ ਲੇਅਰ ਆ ਗਈ ਜੀ ਮੀਜ਼ੋਸਫੀਅਰ, ਇਹ ਹੋਰ ਹਾਈਟ ਤੇ ਹੁੰਦੀ ਹੈ ਸਟ੍ਰੈਟੋਸਫੀਅਰ ਤੋਂ ਅੱਗੇ, ਹੋਰ ਐਕਸਟੈਂਡ ਹੁੰਦੀ ਹੈ 85 ਕਿਲੋਮੀਟਰ ਹਾਈਟ ਤੱਕ। ਤੇ ਜਿਹੜੇ ਤੁਹਾਡੇ ਮੀਟੀਓਰ ਹੁੰਦੇ ਨੇ ਜਿਹੜੇ ਅੱਗੇ ਸਪੇਸ ਦੇ ਵਿੱਚ ਆਉਂਦੇ ਨੇ ਉਹ ਇਸ ਲੇਅਰ ਦੇ ਵਿੱਚ, ਜਦੋਂ ਆਪਾਂ ਦੇਖਦੇ ਹਾਂ ਮੀਟੀਓਰ ਧਰਤੀ ਤੱਕ ਆਉਂਦੇ ਨੇ ਤਾਂ ਉਹ ਇਸ ਲੇਅਰ ਦੇ ਵਿੱਚ ਆ ਕੇ ਬਰਨ ਕਰ ਜਾਂਦੇ ਨੇ। ਸੋ ਆ ਜੀ ਮੀਜ਼ੋਸਫੀਅਰ। ਅਗਲੀ ਲੇਅਰ ਆ ਗਈ ਜੀ ਥਰਮੋਸਫੀਅਰ, ਥਰਮੋਸਫੀਅਰ ਲੇਅਰ ਦੇ ਵਿੱਚ ਬੇਸਿਕਲੀ 600 ਕਿਲੋਮੀਟਰ ਤੱਕ ਇਹ ਐਕਸਟੈਂਡ ਹੁੰਦੀ ਹੈ, ਠੀਕ ਹੈ, ਅੱਗੇ ਮੀਜ਼ੋਸਫੀਅਰ ਤੋਂ। ਤੇ ਇਸ ਲੇਅਰ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ, ਇੱਕ ਤਾਂ ਅਰੋਰਾ ਦੇਖਣ ਨੂੰ ਮਿਲਦੀ ਹੈ। ਅਰੋਰਾ ਕੀ ਚੀਜ਼ ਹੁੰਦੀ ਹੈ, ਬੇਸਿਕਲੀ ਇਹਦੇ ਵਾਸਤੇ ਮੈਂ ਤੁਹਾਨੂੰ ਸਮਝਾ ਚੁੱਕਿਆ, ਆਪਣੇ ਜਿਹੜੇ ਧਰਤੀ ਦੇ ਪੋਲਸ ਨੇਗੇ ਨੌਰਥ ਪੋਲ ਤੇ ਸਾਊਥ ਪੋਲ, ਉੱਥੇ ਇਹ ਫੀਨੋਮੀਨਾ ਦੇਖਣ ਨੂੰ ਮਿਲਦਾ ਹੈ ਆਪਣੀ ਧਰਤੀ ਦੇ ਮੈਗਨੈਟਿਕ ਫੀਲਡ ਤੇ ਸੋਲਰ ਰੇਜ਼ ਕਰਕੇ ਇੱਕ ਆਪਾਂ ਨੂੰ ਲਾਈਟਨਿੰਗ ਜੀ ਦੇਖਣ ਨੂੰ ਮਿਲਦੀ ਹੈ। ਬਹੁਤ ਹੀ ਸੋਹਣੇ ਸੋਹਣੇ ਰੰਗ ਹੁੰਦੇ ਨੇ ਨੌਰਥ ਪੋਲ ਤੇ ਸਾਊਥ ਪੋਲ ਦੇ ਵਿੱਚ, ਉਹਨਾਂ ਨੂੰ ਕਹਿੰਦੇ ਨੇ ਅਰੋਰਾ। ਤੇ ਇਹ ਅਰੋਰਾ ਜਿਹੜਾ ਫੀਨੋਮੀਨਾ ਹੁੰਦਾ ਇਹ ਥਰਮੋਸ
ਅਗਲੀ ਲੇਅਰ ਆ ਗਈ ਆਇਨੋਸਫੀਅਰ, ਇਹਦੇ ਬਾਰੇ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਬਸ ਇਹ ਯਾਦ ਰੱਖਿਓ ਜਿਹੜੀ ਰੇਡੀਓ ਕਮਿਊਨੀਕੇਸ਼ਨ ਹੁੰਦੀ ਹੈ ਉਹ ਆਇਨੋਸਫੀਅਰ ਰੇ ਜਿਹੜੀ ਲੇਅਰ ਹੁੰਦੀ ਹੈ ਇਹਦੇ ਵਿੱਚ ਹੁੰਦੀ ਹੈ, ਕਿਉਂਕਿ ਇਸ ਲੇਅਰ ਦੇ ਵਿੱਚ ਚਾਰਜ ਪਾਰਟੀਕਲਸ ਨੇ। ਤੇ ਲਾਸਟ ਲੇਅਰ ਆ ਗਈ ਜੀ ਐਗਜ਼ੋਸਫੀਅਰ। ਐਗਜ਼ੋਸਫੀਅਰ ਅਪਰ ਮੋਸਟ ਲੇਅਰ ਹੁੰਦੀ ਹੈ ਐਟਮੋਸਫੀਅਰ ਦੀ, ਕਾਫੀ ਜ਼ਿਆਦਾ ਠੰਡ ਹੁੰਦੀ ਹੈ ਇਸ ਲੇਅਰ ਦੇ ਵਿੱਚ। ਹੁਣ ਆਪਾਂ ਇੱਕ ਗੱਲ ਅਕਸਰ ਪੜ੍ਹਦੇ ਹਾਂ ਵੀ ਜਦੋਂ ਆਪਾਂ ਧਰਤੀ ਤੋਂ ਉੱਪਰ ਨੂੰ ਜਾਂਦੇ ਹਾਂ ਤਾਂ ਜਿਹੜਾ ਟੈਂਪਰੇਚਰ ਹੁੰਦਾ ਉਹ ਡਿਕਰੀਜ਼ ਹੁੰਦਾ, ਟੈਂਪਰੇਚਰ ਘੱਟਦਾ। ਇਸ ਫੋਟੋ ਦੇ ਵਿੱਚ ਇੱਕ ਚੀਜ਼ ਤਾਂ ਆਪਾਂ ਡਿਸਕਸ ਕਰਨਾ ਭੁੱਲ ਗਏ, ਸਾਰੇ ਥੋਨੇ ਨਾ ਥੋਨੇ ਦੇਖੀ ਹੈ, ਉਹ ਆਪਾਂ ਚੀਜ਼ ਦੇਖਦੇ ਹਾਂ। ਦੇਖੋ ਆਹ ਦੇਖੋ ਧਰਤੀ ਹੈਗੀ, ਆਪਣਾ ਧਰਤੀ ਦਾ ਸਰਫੇਸ ਹੈ, ਇੱਥੋਂ ਭਾਈ ਆਪਾਂ ਉੱਪਰ ਨੂੰ ਜਾ ਰਹੇ ਹਾਂ ਤਾਂ ਟੈਂਪਰੇਚਰ ਘੱਟਣਾ, ਬਿਲਕੁਲ ਘੱਟ ਗਿਆ। ਆਹ ਦੇਖੋ ਟ੍ਰੋਪੋਸਫੀਅਰ ਤੱਕ -60 ਡਿਗਰੀ ਪਹੁੰਚ ਗਿਆ। ਤੁਸੀਂ ਇੱਥੇ ਇੱਕ ਗੱਲ ਕਿਉਂ ਨਹੀਂ ਨੋਟ ਕੀਤੀ ਵੀ ਇੱਥੋਂ ਟੈਂਪਰੇਚਰ ਦੁਬਾਰਾ ਕਿਉਂ ਵਧਣਾ ਸ਼ੁਰੂ ਹੋ ਗਿਆ, ਜਦਕਿ ਉੱਪਰ ਨੂੰ ਜਾਂਦੇ ਹੋਏ ਟੈਂਪਰੇਚਰ ਘੱਟਣਾ ਚਾਹੀਦਾ ਸੀ? ਸੋ ਇਹਦੇ ਪਿੱਛੇ ਕਾਰਨ ਬਹੁਤ ਇੰਪੋਰਟੈਂਟ ਹੈ, ਉਹ ਕਾਰਨ ਇਹ ਹੈ ਜੀ ਵੀ ਇਸ ਲੇਅਰ ਦੇ ਵਿੱਚ ਜਾਣੀ ਕਿ ਸਟ੍ਰੈਟੋਸਫੀਅਰ ਲੇਅਰ ਦੇ ਵਿੱਚ ਟੈਂਪਰੇਚਰ ਵਧਣ ਕਿਉਂ ਲੱਗ ਜਾਂਦਾ ਹੈ, ਕਿਉਂਕਿ ਇਸ ਲੇਅਰ ਦੇ ਵਿੱਚ ਹੁੰਦੇ ਜੀ ਓਜ਼ੋਨ ਲੇਅਰ। ਓਜ਼ੋਨ ਲੇਅਰ ਆਪਾਂ ਸਾਰਿਆਂ ਨੂੰ ਪਤਾ ਅਲਟਰਾ ਵਾਇਲਟ ਰੇਜ਼ ਜਿਹੜੀਆਂ ਸੂਰਜ ਤੋਂ ਆਉਂਦੀਆਂ ਨੇ ਉਹਨਾਂ ਨੂੰ ਐਬਜ਼ੋਰਬ ਕਰਦੀ ਹੈ, ਸੋ ਹੀਟ ਨੂੰ ਐਬਜ਼ੋਰਬ ਕਰਦੀ ਹੈ, ਤਾਂ ਕਰਕੇ ਇੱਥੇ ਤਾਪਮਾਨ ਥੋੜ੍ਹਾ ਜਿਹਾ ਗਰਮ ਹੁੰਦਾ ਹੈ, ਸੋ ਤਾਪਮਾਨ ਇੱਥੇ ਵਧਣ ਲੱਗ ਜਾਂਦਾ। ਉਸ ਤੋਂ ਬਾਅਦ ਜਦੋਂ ਫਿਰ ਆਪਾਂ ਉੱਪਰ ਨੂੰ ਜਾਂਦੇ ਹਾਂ ਮੀਜ਼ੋਸਫੀਅਰ ਦੇ ਵਿੱਚ, ਉੱਥੇ ਟੈਂਪਰੇਚਰ ਫੇਰ ਵਧਣ ਲੱਗ ਜਾਂਦਾ, ਫਿਰ ਇੱਕ ਵਾਰ ਥਰਮੋਸਫੀਅਰ ਦੇ ਵਿੱਚ ਟੈਂਪਰੇਚਰ ਫੇਰ ਵੱਧ ਜਾਂਦਾ, ਫਿਰ ਅੱਗੇ ਜਾ ਕੇ ਐਗਜ਼ੋਸਫੀਅਰ ਤੱਕ ਟੈਂਪਰੇਚਰ ਘੱਟ ਜਾਂਦਾ। ਸੋ ਇਹ ਗੱਲਾਂ ਤੁਸੀਂ ਯਾਦ ਰੱਖਿਆ ਕਰੋ ਆਪਣੀ ਐਟਮੋਸਫੀਅਰ ਲੇਅਰ ਬਾਰੇ ਸੀਗਾ। ਅਗਲੀ ਨਿਊਜ਼ ਆ ਗਈ ਜੀ ਇਲੈਸਟੋਕੈਲੋਰਿਕ ਇਫੈਕਟ। ਬਹੁਤ ਹੀ ਇੰਪੋਰਟੈਂਟ ਸਟੱਡੀ ਹੋਈ ਹੈ ਇੱਕ, ਉਹਦੇ ਵਿੱਚ ਇੱਕ ਬਹੁਤ ਇੰਟਰਸਟਿੰਗ ਚੀਜ਼ ਪਾਈ ਗਈ ਹੈ। ਇਲੈਸਟੋਕੈਲੋਰਿਕ ਇਫੈਕਟ ਬਾਰੇ ਸਮਝੀਏ ਪਹਿਲਾਂ ਆਪਾਂ ਹੁੰਦਾ ਕੀ ਹੈ। ਦੇਖੋ ਇਹ ਇੱਕ ਐਕਸਪੈਰੀਮੈਂਟ ਜਿਹਾ ਕਰਿਆ ਗਿਆ ਸੀ, ਜਿਹੜੇ ਰਬੜ ਬੈਂਡ ਹੁੰਦੇ ਨੇ, ਜਿਹੜੀਆਂ ਰਬੜਾਂ ਹੁੰਦੀਆਂ ਨੇ ਆਪਾਂ ਲਿਫਾਫਿਆਂ ਦੇ ਉੱਪਰ ਚਾੜਦੇ ਹਾਂ, ਉਹਨਾਂ ਤੋਂ ਇਹਨਾਂ ਨੇ ਇੱਕ ਸਿੰਪਲ ਜਿਹਾ ਐਕਸਪੈਰੀਮੈਂਟ ਕਰਿਆ ਸੀ। ਜਦੋਂ ਇਹਨਾਂ ਨੇ ਇਹ ਕਿਹਾ ਜਿਹੜੇ ਰਬੜ ਬੈਂਡ ਹੁੰਦੇ ਨੇ ਉਹਨਾਂ ਨੂੰ ਜਦ ਆਪਾਂ ਟਵਿਸਟ ਕਰਦੇ ਹਾਂ ਤੇ ਅਨਟਵਿਸਟ ਕਰਦੇ ਹਾਂ ਤਾਂ ਉਦੋਂ ਇੱਕ ਕੂਲਿੰਗ ਇਫੈਕਟ ਜਨਰੇਟ ਹੁੰਦਾ ਜਿਹਨੂੰ ਇਲਾਸਟੋਕੈਲੋਰਿਕ ਇਫੈਕਟ ਕਿਹਾ ਜਾਂਦਾ। ਤੇ ਰਿਸਰਚਰ ਨੇ ਇਹ ਕਿਹਾ ਜੀ ਇਸ ਕੂਲਿੰਗ ਇਫੈਕਟ ਨੂੰ ਆਪਾਂ ਰੈਫਰੀਜਰੇਸ਼ਨ ਦੇ ਵਿੱਚ ਯੂਜ਼ ਕਰ ਸਕਦੇ ਹਾਂ ਤੇ ਜਿਹੜੇ ਲਿਕੁਇਡ ਫਲੂਇਡ ਰੈਫਰੀਜਰੈਂਟ ਨੇ ਉਹਨਾਂ ਨੂੰ ਆਪਾਂ ਰਿਪਲੇਸ ਕਰ ਸਕਦੇ ਹਾਂ। ਉਸ ਚੀਜ਼ ਨੂੰ ਆਪਾਂ ਥੋੜ੍ਹਾ ਜਿਹਾ ਅੱਗੇ ਪੜਾਂਗੇ, ਪਹਿਲਾਂ ਇਸ ਚੀਜ਼ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਐਨਾਲਾਈਜ਼ ਕਰਦੇ ਹਾਂ। ਦੇਖੋ ਆਪਾਂ ਸਾਰਿਆਂ ਨੂੰ ਪਤਾ ਜਿਹੜੇ ਆਪਣੇ ਫਰਿੱਜ ਹੁੰਦੇ ਨੇ ਉਹ ਕੰਮ ਕਿਵੇਂ ਕਰਦੇ ਨੇ, ਉਹਦੇ ਵਿੱਚ ਹੀਟ ਐਕਸਚੇਂਜ ਹੁੰਦੀ ਹੈ। ਆਪਣੇ ਫਰਿੱਜ ਦੇ ਪਿੱਛੇ ਆਪਾਂ ਦੇਖਦੇ ਜਿਹੜੀ ਕੋਇਲਾਂ ਲੱਗੀਆਂ ਹੁੰਦੀਆਂ, ਟਵਿਸਟਡ ਕੋਇਲਾਂ ਹੁੰਦੀਆਂ ਨੇਗੀਆਂ, ਆਪਾਂ ਸਾਰੇ ਦੇਖਦੇ ਹਾਂ, ਆਪਾਂ ਸਾਰੇ ਦੇਖੇ ਹੁੰਦੇ ਨੇ ਉਹ ਕੋਇਲਾਂ ਦਾ ਕੰਮ ਕੀ ਹੁੰਦਾ, ਉਹਨਾਂ ਵਿੱਚ ਫਲੂਇਡ ਹੁੰਦਾ ਜਿਹੜਾ ਰੈਫਰੀਜਰੈਂਟ ਫਲੂਇਡ ਉਹ ਜਾਂਦਾ, ਉਹ ਅੱਗੇ ਹੀਟ ਐਕਸਚੇਂਜ ਕਰਦਾ ਇਨਵਾਇਰਮੈਂਟ ਦੇ ਨਾਲ, ਜਿਹੜੇ ਫਰਿੱਜ ਦੀ ਹੀਟ ਐਬਜ਼ੋਰਬ ਕਰਕੇ ਇਨਵਾਇਰਮੈਂਟ ਦੇ ਵਿੱਚ ਰਿਲੀਜ਼ ਕਰਦਾ, ਤਾਂ ਕਰਕੇ ਫਰਿੱਜ ਆਪਣਾ ਠੰਡਾ ਰਹਿੰਦਾ। ਸੋ ਇਲਾਸਟੋ ਜਿਹੜਾ ਕੈਲੋਰਿਕ ਇਫੈਕਟ ਹੈ ਇਹਦੇ ਵਿੱਚ ਵੀ ਇਹੋ ਹੀ ਐਕਸਪੈਰੀਮੈਂਟ ਕੀਤਾ ਇਹਨਾਂ ਨੇ। ਜਿਹੜਾ ਆਪਾਂ ਰਬਰ ਬੈਂਡ ਹੁੰਦਾ ਇਹਨਾਂ ਨੇ ਇਹ ਦੇਖਿਆ ਜੇ ਆਪਾਂ ਰਬਰ ਬੈਂਡ ਨੂੰ ਆਪਾਂ ਸਟ੍ਰੈਚ ਕਰਦੇ ਹਾਂ ਉਹਨੂੰ ਖਿੱਚਦੇ ਹਾਂ ਤਾਂ ਜਿਹੜੀ ਇਹ ਰਬਰ ਬੈਂਡ ਹੈ ਇਹ ਸਰਾਊਂਡਿੰਗ ਇਨਵਾਇਰਮੈਂਟ ਥੋੜੀ ਹੀਟ ਹੈ ਉਹਨੂੰ ਐਬਜ਼ੋਰਬ ਕਰਦੀ ਹੈ, ਤੇ ਜੇ ਅਸੀਂ ਇਹਨੂੰ ਰਿਲੀਜ਼ ਕਰਦੇ ਹਾਂ ਇਹਨੂੰ ਛੱਡਦੇ ਹਾਂ ਤਾਂ ਇਹ ਸਡਨਲੀ ਕੂਲ ਡਾਊਨ ਹੋ ਜਾਂਦੀ ਹੈ। ਤੇ ਇਹ ਚੀਜ਼ ਦਾ ਅੱਗੇ ਇਹਨਾਂ ਨੇ ਐਕਸਪੈਰੀਮੈਂਟ ਵੀ ਪਰਫਾਰਮ ਕੀਤਾ। ਇਹਨਾਂ ਨੇ ਕੀ ਕਰਿਆ ਇੱਕ ਪੈਨ ਸਾਈਜ਼ ਦਾ ਇੱਕ ਰੈਫਰੀਜਰੇਟਰ ਜਿਹਾ ਬਣਾਇਆ ਤੇ ਉਥੋਂ ਇਹਨਾਂ ਨੇ ਜਿਹੜੀ ਇਹ ਰਬੜ ਜਿਹੜੀ ਇਹ ਰਬੜ ਬੈਂਡ ਨੇ ਇਹਨਾਂ ਦੀ ਐਫੀਸ਼ੀਐਂਸੀ ਇਹਨਾਂ ਨੇ ਕੰਪੇਅਰ ਕਰੀ ਜਿਹੜੇ ਆਪਣੇ ਦੂਸਰੇ ਟਵਿਸਟਡ ਕੋਇਲਸ ਹੁੰਦੇ ਨੇ ਇਹਨਾਂ ਸਾਰੇ ਦੇ ਨਾਲ, ਤੇ ਇਹ ਪਾਇਆ ਜੀ ਵੀ ਜਿਹੜੀ ਐਫੀਸ਼ੀਐਂਸੀ ਹੈ ਹੀਟ ਐਕਸਚੇਂਜਿੰਗ ਦੀ ਉਹ ਕੋਈ ਬਹੁਤਾ ਖਾਸ ਫਰਕ ਨਹੀਂ ਪਿਆ। ਤੇ ਜੇ ਇੱਕ ਵਾਰ ਇਹ ਟੈਕਨੋਲੋਜੀ ਕਾਮਯਾਬ ਹੋ ਗਈ ਤਾਂ ਇਹਦੇ ਨਾਲ ਆਪਾਂ ਗ੍ਰੀਨਰ ਹਾਇਰ ਐਫੀਸ਼ੀਐਂਟ ਤੇ ਲੋ ਕੋਸਟ ਕੂਲਿੰਗ ਟੈਕਨੋਲੋਜੀ ਨੂੰ ਡੈਵਲਪ ਕਰ ਸਕਦੇ ਹਾਂ। ਐਪਲੀਕੇਸ਼ਨ ਕੀ ਨੇ ਇਲਾਸਟੋਕੈਲੋਰਿਕ ਇਫੈਕਟ ਦੀਆਂ? ਦੇਖੋ ਜੇ ਇਹੋ ਜਿਹਾ ਕੋਈ ਆਪਣੇ ਆਪਰੇਟਸ ਬਣਾ ਲਿਆ ਇਹਨਾਂ ਰਬਰ ਬੈਂਡ ਦੀ ਐਗਜ਼ਾਮਪਲ ਦੇ ਨਾਲ, ਠੀਕ ਹੈ, ਤਾਂ ਇਹਦੇ ਨਾਲ ਕੀ ਹੋਊਗਾ ਜਿਹੜੇ ਰੈਫਰੀਜਰੇਟ ਹੁੰਦੇ ਨੇ ਆਪਣੇ ਫਰਿੱਜ ਹੁੰਦੇ ਨੇ ਇਹ ਏਸੀ ਹੋ ਗਏ ਇਹਨਾਂ ਦੇ ਵਿੱਚ ਜਿਹੜੇ ਆਪਾਂ ਫਲੂਇਡ ਵਰਤਦੇ ਹਾਂ, ਠੀਕ ਹੈ, ਜਿਹਨਾਂ ਨੂੰ ਆਪਾਂ ਫ੍ਰੀਓਨ ਕਹਿੰਦੇ ਹਾਂ ਜਿਹੜੇ ਕਿ ਠੰਡਾ ਰੱਖਦੇ ਨੇ ਇਹਨਾਂ ਨੂੰ ਰਿਪਲੇਸ ਕਰਿਆ ਜਾ ਸਕਦਾ। ਹੁਣ ਇਹਨਾਂ ਨੂੰ ਰਿਪਲੇਸ ਆਪਾਂ ਕਿਉਂ ਕਰਾਂਗੇ? ਕਿਉਂਕਿ ਦੇਖੋ ਜਿਹੜੇ ਇਹ ਫ੍ਰੀਓਨ ਹੁੰਦੇ ਨੇ ਰੈਫਰੀਜਰੈਂਟ ਦੇ ਵਿੱਚ ਵਰਤੇ ਜਾਂਦੇ ਨੇ, ਏਅਰ ਕੰਡੀਸ਼ਨਰ ਦੇ ਵਿੱਚ ਵਰਤੇ ਜਾਂਦੇ ਨੇ, ਇਹ ਇੱਕ ਤਾਂ ਫਲੂਇਡ ਹੁੰਦੇ ਨੇ, ਠੀਕ ਹੈ, ਇੱਕ ਤਾਂ ਇਹ ਲੀਕੇਜ ਦਾ ਖਤਰਾ ਖਤਮ ਹੋ ਜਾਊਗਾ, ਦੂਸਰਾ ਸਭ ਤੋਂ ਜ਼ਿਆਦਾ ਗਲੋਬਲ ਵਾਰਮਿੰਗ ਦੇ ਵਿੱਚ ਇਹ ਕੰਟਰੀਬਿਊਟ ਕਰਦੇ ਨੇ ਕਿਉਂਕਿ ਇਹ ਗਲੋਬਲ ਵਾਰਮਿੰਗ ਨੂੰ ਬਣਾਉਂਦੇ ਨੇ, ਜਿਹੜੇ ਇਹ ਕਲੋਰੋ ਫਲੋਰੋ ਕਾਰਬਨ ਹੁੰਦੇ ਨੇ ਰੈਫਰੀਜਰੈਂਟ ਦੇ ਵਿੱਚ ਰਿਲੀਜ਼ ਹੁੰਦੇ ਨੇ। ਸੋ ਇਸ ਐਕਸਪੈਰੀਮੈਂਟ ਦੀ ਐਪਲੀਕੇਸ਼ਨ ਸਭ ਤੋਂ ਵੱਡੀ ਆ ਗਈ ਜੀ ਇਹ। ਅਗਲੀ ਨਿਊਜ਼ ਆ ਗਈ ਜੀ ਐਂਪਰਰ ਪੈਂਗੁਇਨਸ ਦੇ ਬਾਰੇ। ਪਹਿਲੀ ਗੱਲ ਇਸ ਪੈਂਗੁਇਨ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਹ ਐਂਟਾਰਕਟਿਕਾ ਦੇ ਵਿੱਚ ਪਾਏ ਜਾਂਦੇ ਨੇ, ਐਂਟਾਰਕਟਿਕਾ ਦੇ ਮੋਸਟ ਆਈਕੋਨਿਕ ਸਪੀਸੀਜ਼ ਨੇ। ਨਿਊਜ਼ ਇਹ ਹੈ ਜੀ ਜਿਹੜੇ ਰਿਸਰਚਰ ਨੇਗੇ ਉਹਨਾਂ ਨੇ ਇਹ ਕਿਹਾ ਵੀ ਇਸ ਐਂਪਰਰ ਪੈਂਗੁਇਨ ਦਾ ਜਿਹੜਾ IUCN ਸਟੇਟਸ ਹੈ ਉਹ ਇਸ ਸਮੇਂ ਹੈਗਾ ਜੀ ਨੀਅਰ ਥ੍ਰੈਟਨ, ਉਸ ਨੀਅਰ ਥ੍ਰੈਟਨ ਸਟੇਟਸ ਤੋਂ ਚੇਂਜ ਕਰਕੇ ਤੁਸੀਂ ਜੀ ਵਲਨਰੇਬਲ ਕਰ ਦਿਓ। ਕਿਉਂ ਕਰ ਦਿਓ? ਕਿਉਂਕਿ ਜਿਹੜੀ ਇਹ ਐਂਪਰਰ ਪੈਂਗੁਇਨ ਹੈ ਇਹਦੀ ਸਪੀਸੀ ਦੇ ਵਿੱਚ ਡਿਕਲਾਈਨ ਆ ਰਿਹਾ, ਇਹਨਾਂ ਦੀ ਪਾਪੂਲੇਸ਼ਨ ਘੱਟ ਰਹੀ ਹੈ। ਕਿਉਂ ਘੱਟ ਰਹੀ ਹੈ? ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੈ,
ਸੋ ਤਾਂ ਕਰਕੇ ਇਹਨਾਂ ਦੀ ਬਰੀਡਿੰਗ ਦੇ ਉੱਪਰ ਇਫੈਕਟ ਪੈ ਰਿਹਾ ਤੇ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਆ ਉਹ ਘੱਟ ਰਹੀ ਹੈ ਤੇ ਇੱਕ ਗਿਣਤੀ ਦੇ ਵਿੱਚ ਇਹ ਵੀ ਪਾਇਆ ਗਿਆ ਵੀ ਇਹਨਾਂ ਦੀ ਪਾਪੂਲੇਸ਼ਨ ਕਾਫੀ ਘੱਟ ਗਈ ਸੋ ਇਹਨਾਂ ਨੂੰ ਹੁਣ IUCN ਦਾ ਜਿਹੜਾ ਸਟੇਟਸ ਹੈ ਇਹਨਾਂ ਦਾ ਚੇਂਜ ਕੀਤਾ ਜਾਵੇ ਤੇ ਇਹਨਾਂ ਨੂੰ ਹੁਣ ਕੰਜ਼ਰਵੇਸ਼ਨ ਸਟੇਟਸ ਦੇ ਵਿੱਚ ਪਾਇਆ ਜਾਵੇ ਠੀਕ ਹੈ ਇੱਥੇ ਤੱਕ ਗੱਲ ਕਲੀਅਰ ਉਸ ਤੋਂ ਇਲਾਵਾ ਇਹਨਾਂ ਨੇ ਰਿਸਰਚਰ ਨੇ ਇਹ ਵੀ ਡਿਮਾਂਡ ਰੱਖੀ ਹੈ ਵੀ ਜਿਹੜੀ ਐਂਟਾਰਕਟਿਕ ਟ੍ਰੀਟੀ ਸੀਗੀ ਉਹਦੇ ਵਿੱਚ ਸਪੈਸ਼ਲੀ ਇਸ ਪੈਂਗੁਇਨ ਨੂੰ ਪ੍ਰੋਟੈਕਟਿਡ ਸਪੀਸੀਜ਼ ਦੇ ਅਧੀਨ ਪਾਇਆ ਜਾਵੇ 1959 ਦੇ ਵਿੱਚ ਐਂਟਾਰਕਟਿਕ ਦੀ ਇਹ ਟ੍ਰੀਟੀ ਸਾਈਨ ਕਰੀ ਗਈ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਜਿਹੜਾ ਐਂਟਾਰਕਟਿਕ ਹੈਗਾ ਉਹਨੂੰ ਤੁਸੀਂ ਫਰੀਲੀ ਸਾਇੰਟੀਫਿਕ ਪਰਪਸ ਦੇ ਨਾਲ ਇਨਵੈਸਟੀਗੇਟ ਕਰ ਸਕਦੇ ਹੋ ਉੱਥੇ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ ਬਟ ਉੱਥੇ ਕੋਈ ਵੀ ਮਿਲਟਰੀ ਐਕਟੀਵਿਟੀ ਨਹੀਂ ਕਰਦੇ ਜਿਹੜਾ ਐਂਟਾਰਕਟਿਕ ਓਸ਼ਨ ਹੈਗਾ ਉੱਥੇ ਠੀਕ ਹੈ ਸੋ ਤਾਂ ਕਰਕੇ ਉਸ ਟ੍ਰੀਟੀ ਦੇ ਵਿੱਚ ਇਸ ਪੈਂਗੁਇਨ ਨੂੰ ਵੀ ਇਹਨਾਂ ਨੇ ਸਥਾਨ ਦਰਜਾ ਦੇਣ ਦੀ ਮੰਗ ਕੀਤੀ ਹੈ ਅਗਲੀ ਨਿਊਜ਼ ਆ ਗਈ ਐਮ ਹਰਿਆਲੀ ਕੀ ਚੀਜ਼ ਹੈ ਇਹ ਇੱਕ ਮੋਬਾਈਲ ਐਪ ਹੈ ਬੇਸਿਕਲੀ ਇਹਨੂੰ ਬਣਾਇਆ ਜੀ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਨੇ ਇਹਨੂੰ ਲਾਂਚ ਕੀਤਾ ਠੀਕ ਹੈ ਇਸ ਮਿਨਿਸਟਰੀ ਦਾ ਚਾਰਜ ਕੀ ਇਹਦੇ ਕੋਲ ਕਮੈਂਟ ਬਾਕਸ ਦੇ ਵਿੱਚ ਦੇਖੋ ਇਸ ਐਪ ਦੇ ਵਿੱਚ ਬੇਸਿਕਲੀ ਕੀ ਹੋਊਗਾ ਜਿਹੜੀ ਪਬਲਿਕ ਹੈ ਜਿਹੜੇ ਲੋਕ ਨੇ ਨਾਗਰਿਕ ਨੇ ਸਿਟੀਜ਼ਨ ਨੇ ਉਹ ਟਰੀਜ਼ ਨੂੰ ਪਲਾਂਟ ਕਰਨ ਉਹਦੇ ਵਿੱਚ ਇੰਗੇਜਮੈਂਟ ਵਧੇ ਪਬਲਿਕ ਦੀ ਉਹਦੇ ਲਈ ਇਹ ਐਪ ਨੂੰ ਲਾਂਚ ਕੀਤਾ ਗਿਆ ਇਸ ਐਪ ਦੇ ਵਿੱਚ ਬੇਸਿਕਲੀ ਜਿਹੜੇ ਵੀ ਟ੍ਰੀਜ਼ ਆਪਾਂ ਪਲਾਂਟ ਕਰਾਂਗੇ ਉਹਨਾਂ ਦੀ ਜੀਓ ਟੈਗਿੰਗ ਕਰੀ ਜਾਊਗੀ ਆਪਾਂ ਨੂੰ GPS ਦੇ ਥਰੂ ਪਤਾ ਲੱਗ ਜੂਗਾ ਵੀ ਕਿੱਥੇ ਕਿੱਥੇ ਟ੍ਰੀ ਪਲਾਂਟ ਕਰੇ ਗਏ ਨੇ ਤਾਂ ਕਰਕੇ ਜਿਹੜੇ ਨੋਡਲ ਅਫਸਰ ਨੇ ਉਹਨਾਂ ਨੂੰ ਪੀਰੀਓਡਿਕਲੀ ਇਹਨਾਂ ਦਰਖਤਾਂ ਨੂੰ ਮੋਨੀਟਰ ਕਰਨ ਦੇ ਲਈ ਹੈਲਪ ਮਿਲ ਜੂਗੀ ਉਹਨਾਂ ਨੂੰ ਥੋੜਾ ਜਿਹਾ ਸਿਖਾ ਲਾ ਜੂਗਾ ਤੇ ਏਮ ਇਹਦਾ ਇਹ ਸੀਗਾ ਵੀ ਜਿਹੜੀ ਪਬਲਿਕ ਇੰਗੇਜਮੈਂਟ ਹੈਗੀ ਟ੍ਰੀਜ਼ ਦਰਖਤ ਲਗਾਉਣ ਦੇ ਲਈ ਉਹਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ ਇਸ ਐਪ ਨੂੰ ਕੁਐਸਚਨ ਪੁੱਛਦਾ ਮੈਂ ਤੁਹਾਡੇ ਤੋਂ ਥੋੜੇ ਸਮੇਂ ਪਹਿਲਾਂ ਪੰਜਾਬ ਨੇ ਵੀ ਇੱਕ ਅਜਿਹੀ ਐਪ ਲਾਂਚ ਕੀਤੀ ਸੀ ਪਰ ਉਸ ਐਪ ਦਾ ਨਾਮ ਦੱਸੋ ਤੇ ਮੈਨੂੰ ਇਹ ਦੱਸੋ ਉਸ ਐਪ ਦੇ ਵਿੱਚ ਕਿੰਨੇ ਪੌਦੇ ਕਿੰਨੇ ਦਰਖਤ ਆਪਾਂ ਨੂੰ ਫ੍ਰੀ ਮਿਲਦੇ ਸੀਗੇ ਆਪਾਂ ਜੋ ਲਗਾ ਸਕੀਏ ਕਿੰਨੀ ਗਿਣਤੀ ਸੀਗੀ ਬਹੁਤ ਇੰਪੋਰਟੈਂਟ ਹੈਗਾ ਉਹ ਕੁਐਸਚਨ ਆਨਸਰ ਜ਼ਰੂਰ ਦੱਸਿਓ ਲਾਸਟ ਦੇ ਵਿੱਚ ਅੱਜ ਦੀਆਂ ਬੁਲੇਟਿਨ ਨੂੰ ਦੇਖਦੇ ਹਾਂ ਸਭ ਤੋਂ ਪਹਿਲਾਂ ਇੱਕ ਮਿਲਟਰੀ ਐਕਸਰਸਾਈਜ਼ ਉਹਦਾ ਨਾਮ ਹੈਗਾ ਧਰਮਾ ਗਾਰਡੀਅਨ ਇੰਡੀਆ ਤੇ ਜਾਪਾਨ ਵਿਚਾਲੇ ਇਹ ਐਕਸਰਸਾਈਜ਼ ਕੰਡਕਟ ਹੁੰਦੀ ਹੈ ਇਸ ਵਾਰ ਇਹ ਕੰਡਕਟ ਹੋ ਗਈ ਜੀ ਮਿਜ਼ੋਰਮ ਵਿਖੇ ਬਹੁਤ ਇੰਪੋਰਟੈਂਟ ਐਕਸਰਸਾਈਜ਼ ਹੈ ਕਿਉਂ ਕਿਉਂਕਿ ਪਿਛਲੇ ਸਾਲ 2018 ਦੇ ਵਿੱਚ ਹੀ ਇਸ ਐਕਸਰਸਾਈਜ਼ ਨੂੰ ਸ਼ੁਰੂ ਕੀਤਾ ਗਿਆ ਸੀਗਾ ਐਕਸਰਸਾਈਜ਼ ਧਰਮਾ ਗਾਰਡੀਅਨ ਅਗਲੀ ਨਿਊਜ਼ ਆ ਗਈ ਪਹਿਲੇ ਐਥਲੀਟ ਜਿਨ੍ਹਾਂ ਨੇ ਮੈਰਾਥੋਨ ਕੰਪਲੀਟ ਕੀਤੀ ਹੈ 2 ਘੰਟਿਆਂ ਤੋਂ ਘੱਟ ਸਮੇਂ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਐਲਿਊਡ ਕਿਪਚੋਂਗੀ ਕੀਨੀਆ ਦੇ ਇਹ ਖਿਡਾਰੀ ਨੇਗੇ ਅਗਲੀ ਨਿਊਜ਼ ਆ ਗਈ ਵਰਲਡ ਐਗ ਡੇ 2019 ਇਹ 11 ਅਕਤੂਬਰ ਨੂੰ ਮਨਾਇਆ ਗਿਆ ਇਸ ਵਾਰ ਥੀਮ ਹੈਗਾ ਜੀ ਇਹਦਾ ਇਸ ਵਾਰ ਦਾ ਈਟ ਯੋਰ ਐਗ ਟੂਡੇ ਐਂਡ ਐਵਰੀ ਡੇ ਇਸ ਵਾਰ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਹ 11 ਅਕਤੂਬਰ ਡੇਟ ਫਿਕਸ ਨਹੀਂ ਹੈਗੀ ਵਰਲਡ ਐਗ ਡੇ ਮਨਾਇਆ ਜਾਂਦਾ ਜੀ ਅਕਤੂਬਰ ਦੇ 2nd ਫਰਾਈਡੇ ਨੂੰ ਠੀਕ ਹੈ ਇਹ ਗੱਲ ਤੁਸੀਂ ਯਾਦ ਰੱਖਿਓ ਕੁਐਸਚਨ ਪੁੱਛਦਾ ਤੁਹਾਡੇ ਤੋਂ ਹਾਲ ਹੀ ਦੇ ਵਿੱਚ ਇੰਟਰਨੈਸ਼ਨਲ ਐਗ ਕਮਿਸ਼ਨ ਦੇ ਨਵੇਂ ਚੇਅਰਮੈਨ ਅਪੁਆਇੰਟ ਹੋਏ ਨੇਗੇ ਪਹਿਲੇ ਏਸ਼ੀਅਨ ਨੇ ਜਿਹੜੇ ਇੰਟਰਨੈਸ਼ਨਲ ਐਗ ਕਮਿਸ਼ਨ ਦੇ ਚੇਅਰਮੈਨ ਅਪੁਆਇੰਟ ਹੋਏ ਨੇ ਉਹਨਾਂ ਦਾ ਨਾਮ ਦੱਸੋ ਮੈਨੂੰ ਜੇ ਤੁਹਾਨੂੰ ਪਤਾ ਹੈ ਅਗਲੀ ਨਿਊਜ਼ ਆਇਸ਼ਾ ਖਾਨ ਇੱਕ 22 ਸਾਲ ਦੀ ਬੱਚੀ ਹੈ ਯੂਪੀ ਤੋਂ ਬਿਲੋਂਗ ਕਰਦੀ ਸੀ ਠੀਕ ਹੈ ਇਹਨੂੰ ਇੱਕ ਦਿਨ ਦੇ ਲਈ UK ਦਾ ਹਾਈ ਕਮਿਸ਼ਨ ਟੂ ਇੰਡੀਆ ਅਪੁਆਇੰਟ ਕੀਤਾ ਗਿਆ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਦੀ ਜਿਹੜੀ ਹਾਈ ਕਮਿਸ਼ਨ ਹੈ ਉੱਥੇ ਆਪਣੇ ਇੰਡੀਆ ਦੀ ਇੱਕ ਬੱਚੀ ਸੀਗੀ ਠੀਕ ਹੈ ਜਿਹੜੀ ਇੰਡੀਆ ਹਾਈ ਕਮਿਸ਼ਨ ਟੂ ਇੰਡੀਆ ਇੰਡੀਅਨ ਰੀਜਨ ਤੋਂ ਸੀਗੀ ਉਹਦਾ ਨਾਮ ਸੀਗਾ ਪਰੀ ਸਿੰਘ ਝਾਰਖੰਡ ਦੀ ਕੁੜੀ ਸੀਗੀ ਉਹਨੂੰ ਵੀ ਇੰਡੀਆ ਦਾ ਇੱਕ ਦਿਨ ਦੇ ਲਈ ਹਾਈ ਕਮਿਸ਼ਨ ਅਪੁਆਇੰਟ ਕੀਤਾ ਗਿਆ ਸੀਗਾ ਅਗਲੀ ਨਿਊਜ਼ ਮੋਦੀ ਸਾਹਿਬ ਕਰਤਾਰਪੁਰ ਸਾਹਿਬ ਲਾਂਘੇ ਨੂੰ ਇਨੈਗਰੇਟ ਕਰਨਗੇ 8 ਨਵੰਬਰ ਨੂੰ ਇਹ ਦੱਸੋ ਮੈਨੂੰ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਹੈ ਆਪਣੇ ਪੰਜਾਬ ਦੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਕਿਹੜੀ ਜਗ੍ਹਾ ਦੇ ਨਾਲ ਇਹ ਕਨੈਕਟ ਕਰੂਗਾ ਦੂਸਰਾ ਕੁਐਸਚਨ ਡੇਰਾ ਬਾਬਾ ਨਾਨਕ ਜੋ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਇੱਕ ਬਹੁਤ ਹੀ ਮਸ਼ਹੂਰ ਮੇਲਾ ਲੱਗਦਾ ਹੈ ਕਿਹੜਾ ਮੇਲਾ ਲੱਗਦਾ ਉਹਦਾ ਨਾਮ ਵੀ ਕਮੈਂਟ ਬਾਕਸ ਦੇ ਵਿੱਚ ਲਿਖੋ ਅਗਲੀ ਨਿਊਜ਼ ਵਿਰਾਟ ਕੋਹਲੀ ਸਾਹਿਬ ਨੇ ਇਤਿਹਾਸ ਰਚਤਾ 7ਵਾਂ ਡਬਲ ਦੋਹਰਾ ਸੈਂਕੜਾ ਇਹਨਾਂ ਨੇ ਬਣਾਇਆ ਆਪਦੇ ਕੈਰੀਅਰ ਦਾ ਤੇ ਇਹਦੇ ਨਾਲ ਹੀ ਇਹ ਪਹਿਲੇ ਇੰਡੀਅਨ ਕ੍ਰਿਕਟਰ ਬਣ ਗਏ ਜਿਨ੍ਹਾਂ ਨੇ 40 ਸੈਂਕੜੇ 40 ਹੰਡਰਡ ਕੰਪਲੀਟ ਕਰ ਲਏ ਐਜ਼ ਅ ਸਕਿੱਪਰ ਸਕਿੱਪਰ ਬੇਸਿਕਲੀ ਕਿਸੇ ਕ੍ਰਿਕਟ ਟੀਮ ਦਾ ਜਿਹੜਾ ਕੈਪਟਨ ਹੁੰਦਾ ਉਹਨੂੰ ਡਿਨੋਟ ਕਰਨ ਦੇ ਲਈ ਇਹ ਸ਼ਬਦ ਵਰਤਿਆ ਜਾਂਦਾ ਠੀਕ ਹੈ ਸੋ ਐਜ਼ ਅ ਸਕਿੱਪਰ ਐਜ਼ ਅ ਕੈਪਟਨ ਇਹਨਾਂ ਨੇ 40 ਆਪਦੇ ਜਿਹੜੇ ਹੰਡਰਡ ਨੇ ਉਹ ਕੰਪਲੀਟ ਕਰ ਲਏ ਕੋਹਲੀ ਸਾਹਿਬ ਨੇ ਅਗਲੀ ਨਿਊਜ਼ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਇੱਕ ਸਕੀਮ ਲਾਂਚ ਕੀਤੀ ਹੈ ਉਹਦਾ ਨਾਮ ਹੈਗਾ YSR ਕ੍ਰਾਂਤੀ ਵੇਲਗੂ ਸਕੀਮ ਯੂਨੀਵਰਸਲ ਆਈ ਕੇਅਰ ਸਕੀਮ ਹੈ ਲੋਕਾਂ ਦੇ ਆਈ ਠੀਕ ਹੈ ਅੱਖਾਂ ਦਾ ਇਲਾਜ ਲਈ ਇਹ ਸਕੀਮ ਇਹਨਾਂ ਨੇ ਚਲਾਈ ਹੈ YSR ਕਾਂਗਰਸ ਆਂਧਰਾ ਪ੍ਰਦੇਸ਼ ਦੇ ਵਿੱਚ ਰੂਲਿੰਗ ਪਾਰਟੀ ਹੈ ਤੇ ਜਗਨ ਮੋਹਨ ਰੈਡੀ ਇੱਥੋਂ ਦੇ ਮੁੱਖ ਮੰਤਰੀ ਨੇ ਠੀਕ ਹੈ ਨਵਾਂ ਜਿਹਾ ਮੁੰਡਾ ਬਹੁਤ ਹੀ ਵਧੀਆ ਕੰਮ ਕਰ ਰਿਹਾ ਉਹਦੇ ਕੰਮਾਂ ਬਾਰੇ ਵੀ ਆਪਾਂ ਕਦੇ ਚਾਨਣ ਜ਼ਰੂਰ ਪਾਵਾਂਗੇ ਲਾਸਟ ਨਿਊਜ਼ ਆ ਗਈ ਚੰਦੀਪ ਪ੍ਰਸਾਦ ਭੱਟ ਇਹਨਾਂ ਨੂੰ ਇੰਦਰਾ ਗਾਂਧੀ ਅਵਾਰਡ ਫੋਰ ਨੈਸ਼ਨਲ ਇੰਟੀਗ੍ਰੇਸ਼ਨ ਦੇ ਨਾਲ ਸਨਮਾਨਿਤ ਕੀਤਾ ਹੋਊਗਾ ਇਹ ਪਰਸਨ ਕੌਣ ਨੇ 1970-72 ਦੇ ਵਿੱਚ ਇੱਕ ਮੂਵਮੈਂਟ ਚੱਲੀ ਸੀ ਉਸ ਮੂਵਮੈਂਟ ਦਾ ਨਾਮ ਸੀਗਾ ਚਿਪਕੋ ਮੂਵਮੈਂਟ ਉਸ ਮੂਵਮੈਂਟ ਦੇ ਪਾਇਨੀਅਰ ਸੀਗੇ ਚੰਦੀਪ ਪ੍ਰਸਾਦ ਭੱਟ ਤੇ ਇੱਕ ਇਹਨਾਂ ਦਾ ਸਾਥੀ ਹੋਰ ਸੀਗੇ ਸੁੰਦਰ ਲਾਲ ਬਹੁਗਾਣਾ
ਉਸ ਮੂਵਮੈਂਟ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਚਿਪਕੋ ਮੂਵਮੈਂਟ ਦੇ ਵਿੱਚ ਜਿਹੜੇ ਦਰਖਤ ਸੀਗੇ ਉਹਨਾਂ ਦੇ ਕੱਟਣ ਦੇ ਅਗੇਂਸਟ ਇਹਨਾਂ ਨੇ ਮੂਵਮੈਂਟ ਚਲਾਈ ਸੀ ਚੰਦੀਪ ਪ੍ਰਸਾਦ ਭੱਟ ਹੋਰਾਂ ਨੇ। ਮੈਨੂੰ ਇਹ ਦੱਸੋ ਜਿਹੜੀ ਇਹ ਚਿਪਕੋ ਮੂਵਮੈਂਟ ਸੀ ਉਹਦਾ ਸਲੋਗਨ ਕੀ ਸੀ? ਬਹੁਤ ਹੀ ਜ਼ਿਆਦਾ ਪੇਪਰਾਂ ਦੇ ਵਿੱਚ ਉਹ ਕੁਸ਼ਚਨ ਪੁੱਛਿਆ ਗਿਆ, ਉਹਦਾ ਸਲੋਗਨ ਕਮੈਂਟ ਬੋਕਸ ਦੇ ਵਿੱਚ ਜ਼ਰੂਰ ਲਗੋ। ਸੋ ਉਹਨਾਂ ਨੂੰ ਇੰਦਰਾ ਗਾਂਧੀ ਅਵਾਰਡ ਫੋਰ ਨੈਸ਼ਨਲ ਇੰਟੀਗ੍ਰੇਸ਼ਨ ਦੇ ਨਾਲ ਸਨਮਾਨਿਤ ਕੀਤਾ ਹੋਗਾ। ਸੋ ਇਹ ਸੀ ਭਾਈ ਆਪਣਾ ਸਾਰਾ ਅੱਜ ਦਾ ਅਨਾਲਿਸਿਸ, ਠੀਕ ਹੈ। ਜਿਹੜਾ ਆਪਾਂ ਤੁਹਾਨੂੰ ਮੈਂ ਟੈਸਟ ਸੀਰੀਜ਼ ਬਾਰੇ ਦੱਸਿਆ ਸੀਗਾ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਉਹ ਵੱਧ ਤੋਂ ਵੱਧ ਆ ਕੇ ਲਾਹਾ ਲੈ ਸਕਣ। ਸੋ ਮਿਲਦੇ ਹਾਂ ਕੱਲ੍ਹ ਦੇ ਨਿਊਜ਼ ਦੇ ਨਾਲ, ਧੰਨਵਾਦ।